ਹਵਾ ਚੜਾਤਾ ਅੱਗੇ ਜਾ ਕੇ, ਮਤਲਬ ਉਹਨਾਂ ਨਾਲ ਕਰਾਮਾਤੀ ਕਹਾਣੀਆਂ ਤੁਹਾਡੇ ਤੋਂ ਵੱਖ ਕਰਤਾ ਵੀ ਤੁਸੀਂ ਗੁਰੂ ਵਰਗੇ ਹੁਣ ਉਹ ਕਹਿੰਦੇ ਆ ਦੂਜੇ ਇਹਨਾਂ ਦਾ ਜਿਹੜਾ ਬੈਠਾ ਸੀਗਾ ਉਹ ਜਾਗੋ ਵਾਲਾ ਕਹਿੰਦਾ ਗੁਰੂ ਸਾਹਿਬ ਨੇ ਚੱਕਿਆ ਦਰਖਤ ਚੱਕ ਕੇ ਮਾਰਿਆ ਉਹ ਸਿੱਧਾ ਦੇ ਹਨਾ। ਹੁਣ ਆਮ ਬੰਦਾ ਦਰਖਤ ਚੱਕ ਕੇ ਮਾਰ ਨੀ ਸਕਦਾ, ਬਿਖਰੇਵਾ ਖੜ ਗਿਆ ਨਾ, ਪਰ ਤੁਸੀਂ ਪਾਇਆ ਗੁਰੂ ਦੇ ਸਿੱਖ ਚ। ਬਸ 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 ਤਾਂ ਹੀ ਸਿੱਖ ਗੁਰੂ ਵਰਗਾ ਬਣਨਾ ਨੀ, ਉਹ ਨੀ ਆਪਣੇ ਗਲ ਤੋਂ ਹੀ ਲਾਤਾ ਪੇ ਅਸੀਂ ਨੀ ਹੋ ਸਕਦੇ ਇਦਾਂ, ਗੁਰੂ ਸਾਹਿਬ ਮਹਾਨ ਹੋਏ ਸਭ ਤੋਂ ਨੀ ਕਰ ਹੋਣਾ। ਆਹੀ ਤਾਂ ਇਹੀ ਤਾਂ ਗੱਲ ਹੈ ਯਾਰ, ਇੱਥੇ ਇਹਨਾਂ ਨੂੰ ਇਹ ਨੀ ਪਾੜਾ ਦਿਸਦਾ ਵੀ ਉਹ ਸਿੱਖ ਜਿਹੜੇ 50 ਸਾਲ ਜਦੋਂ ਪਹਿਲਾਂ ਆਪਾਂ ਕਹਿੰਦੇ ਵੀ 50 ਸਾਲੇ ਗੁਰੂ ਸਾਹਿਬ ਦੇ ਵਰਗੇ ਚੱਲੇ ਆ, ਉਹ ਤੋਂ ਬਾਅਦ ਪੁਜਾਰੀ ਫੇਰ ਆ ਕੇ ਸਾਡੇ ਗੱਬੇ ਖੜ ਗਿਆ ਚੰਗੀ ਤਰ੍ਹਾਂ, ਉਹਨੇ ਸਾਡੇ ਵਿਚਾਲੇ ਤੇ ਗੁਰੂਆਂ ਦੇ ਵਿਚਾਲੇ ਇਹੀ ਪਾੜਾ ਪਾਇਆ ਕਿ ਗੁਰੂ ਖਾਸ ਤਰ੍ਹਾਂ ਦੇ ਸੀਗੇ, ਤੁਸੀਂ ਉਹਨਾਂ ਵਰਗੇ ਨਹੀਂ ਬਣ ਸਕਦੇ। ਬਸ ਉਹ ਪਾੜਾ ਹੀ ਨੀ ਟੁੱਟਣ ਚ ਆਉਂਦਾ, ਜਿੱਦਣ ਉਹ ਪਾੜਾ ਟੁੱਟਿਆ ਸਿੱਖ ਨੇ ਮੁੜ ਕੇ ਤਾਂ ਸਿੱਖ ਬਣਨਾ ਚੰਗੀ ਤਰ੍ਹਾਂ, ਤਾਂ ਗੁਰੂ ਵਰਗੇ ਬਣ ਕੇ ਜੀਣਾ ਅਸੀਂ। ਬਿਲਕੁਲ ਬਿਲਕੁਲ, ਸ਼ੁਰੂ ਹੀ ਗੱਲ ਸ਼ੁਰੂ ਇੱਥੋਂ ਹੁੰਦੀ ਸੀ ਨਾ, ਗੁਰੂ ਸਾਹਿਬ ਕਹਿੰਦੇ ਸੀ ਵੀ ਜਿਹੜਾ ਮੇਰੇ ਚ, ਇਹ ਵੀ ਜਿਹੜੀ ਗੱਲ ਕਰਦੇ ਆ ਵੀ ਰੱਬ ਦਾ ਰੂਪ ਆ ਨਾ ਅਸੀਂ। ਹਾਂਜੀ, ਬਸ ਫਿਰ ਉਹਦੇ ਵਿੱਚ ਗੁਰੂ ਸਾਹਿਬ ਤਾਂ ਸਾਡੇ ਚ ਫਰਕ ਕਿੱਦਾਂ ਹੋ ਸਕਦਾ? ਮੰਨ ਲਓ ਰੱਬ, ਅਸੀਂ ਕਹਿੰਦੇ ਗੁਰੂ ਨਾਨਕ ਨੂੰ ਰੱਬ ਮੰਨ ਲਓ, ਗੁਰੂ ਨਾਨਕ ਨੇ ਜੇ ਇਹ ਰੱਬ ਮੰਨਣਾ ਤਾਂ ਉਹਨੇ ਇਹ ਵੀ ਨਾਲ ਹੈ ਕਿ ਸਾਨੂੰ ਵੀ ਉੱਦਾਂ ਦੇ ਰੱਬ ਬਣਨਾ ਪੈਣਾ ਫਿਰ। ਬਿਲਕੁਲ ਬਿਲਕੁਲ, ਉਹ ਜਦੋਂ ਇਹ ਗੱਲ ਹੋਈ ਆ ਤੇ ਉਹਦੇ ਚ ਸਾਨੂੰ ਕੰਪਲੀਟ ਇਹ ਸੈੱਟ ਲੈਣਾ ਪੈਣਾ ਵੀ ਜਿਹੜਾ ਜੇ ਬਾਹਮਣ ਨੂੰ ਗੁਰੂ ਸਾਹਿਬ ਭਗਤ ਕਬੀਰ ਜੀ ਗੁਰੂ ਸਾਹਿਬ ਕਹਿੰਦੇ ਆ ਤੇ ਤੂੰ ਵੱਖਰਾ ਕਿੱਦਾਂ ਹੋ ਗਿਆ ਭਾਈ, ਗੱਲ ਗੁਰੂ ਸਾਹਿਬ ਤੇ ਵੀ ਲੱਗਣੀ ਆ ਵੀ ਵੱਖਰੇ ਕਿੱਦਾਂ ਹੋ ਗਏ ਉਹ, ਤੇ ਫਿਰ ਉਹ ਪਿਆਰੀ ਲਾਣਾ ਨੀ ਚਾਹੁੰਦਾ ਸੀਗਾ, ਹੁਣ ਗੁਰੂ ਨੂੰ ਵੱਖਰੇ ਕਰਤਾ। ਹਾਂ, ਉੱਥੋਂ ਪੁਆੜਾ ਕਰਿਆ, ਉਨਾ ਚਿਰ ਸਿੱਖੀ ਦਾ ਕੁਛ ਨੀ ਬਣਨਾ ਜਿੰਨਾ ਚਿਰ ਤੁਸੀਂ ਗੁਰੂਆਂ ਨੂੰ ਹਵਾ ਚ ਅੜਾਉਣਾ ਆ, ਅਣਹੋਣੀਆਂ ਗੱਲਾਂ ਜੋੜਨੀਆਂ ਗੁਰੂਆਂ ਨਾਲ। ਚਲੋ ਠੀਕ ਹੈ ਭਾਜੀ, ਸੁਣਨਾ ਹੈ ਪ੍ਰੋਗਰਾਮ ਤੇ ਤੁਸੀਂ ਕਰੋ ਗੱਲਬਾਤ ਤੇ ਜੀਤੇ ਨੂੰ ਸੁਣਦੇ ਆ। ਥੈਂਕ ਯੂ ਵੈਸੇ ਤਾਂ ਜੀਤੇ ਦਾ ਟਾਈਮ ਹੀ ਨੀ ਮੈਨੂੰ ਲੱਗਦਾ ਹੁਣ ਰਹਿਣਾ। ਜੀਤੇ ਜੋਗਾ ਨੀ, ਕਾਲਾਂ 2 ਸਾਡੇ ਕੋਲ ਪਈਆਂ ਪੈਂਡਿੰਗ, ਅਸੀਂ ਲੈ ਲਈਏ ਪਹਿਲਾਂ। ਚਲੋ ਠੀਕ ਹੈ ਭਾਜੀ, ਸੁਣਦੇ ਆ। ਥੈਂਕ ਯੂ। 0108 ਦੇ ਉੱਤੇ ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਭਾਈ, ਮੇਰਾ ਨਾਮ ਤਲਵੀਰ ਸਿੰਘ ਹੈ ਜੀ, ਆਸਟ੍ਰੇਲੀਆ ਤੋਂ ਬੋਲਦਾ ਮੈਂ। ਹਾਂਜੀ ਹਾਂਜੀ ਭਾਜੀ, ਬਸ ਮੈਂ ਤਾਂ ਤੁਹਾਨੂੰ ਥੈਂਕ ਯੂ ਕਹਿਣਾ ਸੀ, ਹੱਲਾ ਸ਼ੇਰੀ ਦੇਣੀ ਸੀ, ਬਹੁਤ ਵਧੀਆ ਪ੍ਰੋਗਰਾਮ ਹੈ ਜੀ, ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਇਹਨਾਂ ਦਾ ਜਿਹੜੇ ਕੱਪੜੇ ਆ ਲਾਉਣੇ ਵਾਲੇ ਲਾਈ ਜਾ ਰਹੇ ਆ, ਤੇ ਬਾਕੀ ਜਿਹੜਾ 84 ਦਾ ਜਾਂ ਉਸ ਤੋਂ ਪੁਰਾਣਾ ਜਿੰਨਾ ਵੀ ਹੈਗਾ ਇਤਿਹਾਸ ਉਹ ਲੁਕਿਆ ਕਿਸੇ ਤੋਂ ਇਹ ਨੀ, ਕਿਸੇ ਦਿਨ ਮੈਂ ਫੇਰ ਇਹ ਆਪਣਾ ਸਾਰਾ ਸ਼੍ਰੇਣੀਬੱਧ ਕਰਕੇ ਨਾ ਇਹਨੂੰ ਜਿੰਨਾ ਕਿ ਮੈਨੂੰ ਪਤਾ ਆ, ਕਿਉਂਕਿ ਮੈਂ ਉਦੋਂ 8ਵੀਂ 9ਵੀਂ ਚ ਪੜ੍ਹਦਾ ਸੀ ਜਦੋਂ 84 ਦਾ ਕਾਂਡ ਹੋਇਆ, ਔਰ ਮੈਂ ਅੰਮ੍ਰਿਤਸਰ ਸਾਹਿਬ ਵੀ ਗਿਆ ਸੀ, ਹਰਿਮੰਦਰ ਸਾਹਿਬ ਵੀ ਗਿਆ ਸੀ, ਉਹ ਮੈਂ ਪੂਰਾ ਮੈਂ ਬਣਾ ਕੇ ਫੇਰ ਕਿਸੇ ਦਿਨ ਤੁਹਾਨੂੰ ਇਹ ਕਾਲ ਕਰੂੰਗਾ, ਤੇ ਬਾਕੀ ਬਸ ਮੈਂ ਥੈਂਕ ਯੂ ਕਹਿਣਾ ਸੀ, ਬਹੁਤ ਵਧੀਆ ਕੀਤਾ ਤੁਸੀਂ, ਇਹ ਬੜੇ ਲੰਬੇ ਸਮੇਂ ਤੋਂ ਸੀਗਾ ਜਿਹੜਾ ਅਸੀਂ ਸੋਚਦੇ ਸੀ ਵੀ ਕੋਈ ਬੰਦਾ ਉੱਠ ਕੇ ਕੋਈ ਇਹਨਾਂ ਦੇ ਖਿਲਾਫ਼ ਬੋਲ ਨੀ ਸੀ ਸਕਦਾ, ਕੋਈ ਗੱਲ ਨੀ ਸੀ ਕਰ ਸਕਦਾ, ਥੋੜੇ ਜਿਹਾ ਮੈਂ ਤੁਹਾਡੇ ਪ੍ਰੋਗਰਾਮ ਸੁਣੇ ਆ, ਬਹੁਤ ਵਧੀਆ ਕੀਤੇ ਜੀ, ਬਹੁਤ ਵਧੀਆ ਪ੍ਰੋਗਰਾਮ ਤੁਹਾਡਾ, ਥੈਂਕ ਯੂ। ਥੈਂਕ ਯੂ ਜੀ, ਧੰਨਵਾਦ ਜੀ ਬਹੁਤ ਬਹੁਤ ਤੁਹਾਡਾ। ਤੇ ਸਾਡੇ ਨਾਲ ਇੱਕ ਸਰੋਤੇ ਵਟਸਐਪ ਦੇ ਉੱਤੇ ਆ ਜੀ, ਸਵਾਗਤ ਹੈ ਜੀ ਤੁਹਾਡਾ ਮੋਹਾਲੀ ਤੋਂ। ਹੈਲੋ ਜੀ, ਕਾਲ ਮਿਊਟ ਕਿਉਂ ਹੋ ਗਈ ਹੈ ਜੀ? ਵੀਰੇ ਤੁਹਾਡੀ ਕਾਲ ਬੜੇ ਚਿਰਾਂ ਦੀ ਹੋਲਡ ਤੇ ਆ, ਤੇ ਤੁਸੀਂ 2 ਵਾਰੀ ਕਾਲ ਕਰੀ ਆ, ਹੁਣ ਮਿਊਟ ਆ ਤੇ ਹੁਣ ਅਸੀਂ ਫੋਨ ਕੱਟਣ ਲੱਗੇ ਆ, ਦੁਬਾਰਾ ਕਰਿਓ ਤੁਸੀਂ। ਤੇ ਇੱਕ ਸਰੋਤੇ ਹੋ ਰਿਹਾ ਸਾਡੇ ਨਾਲ, ਠੀਕ ਹੈ ਜੀ, ਨਹੀਂ ਉਹਨਾਂ ਦਾ ਵੀ ਫੋਨ ਕੱਟਿਆ ਗਿਆ। ਠੀਕ ਹੈ ਜੀ, ਆਪਾਂ ਗੱਲਬਾਤ ਆਪਣੀ ਜਾਰੀ ਰੱਖਦੇ ਹਾਂ।
ਹਾਂਜੀ ਵੀਰੇ ਤੁਸੀਂ ਆਉਂਦੇ ਰਹੋ ਜੀ। ਹੈਲੋ, ਹਾਂਜੀ 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 ਸਰ, ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ। ਹਾਂਜੀ ਸਰ, ਮੋਹਾਲੀ ਤੋਂ ਹਰਮੀਤ ਸਿੰਘ ਸਰ। ਹਾਂਜੀ ਹਾਂਜੀ ਸਰ, ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਕਰਨਾ ਚਾਹੁੰਦਾ, ਤੁਸੀਂ ਬਹੁਤ ਵਧੀਆ ਪਲੇਟਫਾਰਮ ਬਣਾਇਆ ਹੋਇਆ, ਤੁਹਾਡੇ ਵਰਗੇ ਸਾਨੂੰ ਮਿੱਤਰ ਮਿਲੇ ਆ ਜਿਹੜੇ ਸਾਡੀ ਅੱਖਾਂ ਖੋਲਦੇ। ਤੇ ਇੱਕ ਦੋ ਸਰ ਮੇਰੇ ਸਵਾਲ ਸੀਗੇ ਮੇਰੇ ਮਨ ਚ, ਜੇ ਤੁਹਾਨੂੰ ਠੀਕ ਲੱਗਿਆ ਤਾਂ ਜਵਾਬ ਦੇ ਦਿਓ, ਨਹੀਂ ਤਾਂ ਨਾ ਹੀ ਸਹੀ। ਸਰ ਇੱਕ ਪਹਿਲੀ ਗੱਲ ਹੈ ਕਿ ਆਪਾਂ ਜਿਹੜਾ ਬੰਦਾ ਦਾੜੀ ਮੁੱਛ ਔਰ ਵਾਲ ਨਹੀਂ ਰੱਖਦਾ, ਕੀ ਉਹ ਸਿੱਖ ਹੋ ਸਕਦਾ? ਨਹੀਂ ਨਹੀਂ ਹੋ ਸਕਦਾ। ਠੀਕ ਹੈ ਜੀ, ਭਾਵੇਂ ਉਹ ਜਿੰਨੀ ਮਰਜ਼ੀ ਕਿਰਤ ਕਰੇ, ਭਾਵੇਂ ਜਿੰਨਾ ਮਰਜ਼ੀ ਜੋ ਮਰਜ਼ੀ ਕਰੇ, ਬਟ ਉਹ ਸਿੱਖ ਨਹੀਂ ਹੋ ਸਕਦਾ। ਉਹ ਤਾਂ ਪ੍ਰੋਟੋਕੋਲ ਦੇਖੋ ਜਿਹੜਾ ਨਾ, ਅਜੇ ਪਹਿਲੀ ਗੱਲ ਤਾਂ ਅਜੇ ਇਹ ਡਿਸਾਈਡ ਕਰਨਾ ਔਖਾ, ਕਿਉਂਕਿ ਇਸ ਵੇਲੇ ਜਿਹੜੀ ਸਿੱਖ ਦੀ ਪਰਿਭਾਸ਼ਾ ਹੈ ਨਾ, ਉਹਨੂੰ ਤੈਅ ਕੀਤਾ ਆ ਅਕਾਲ ਤਖ਼ਤ ਦੀ ਮਰਿਆਦਾ ਨੇ। ਜਿਹਨੂੰ ਪੰਥ ਕਹਿੰਦੇ ਆ ਨਾ, ਜਿਹਨੂੰ ਕੌਮ ਕਹਿੰਦੇ ਆ, ਉਹ ਅੱਜ ਦੇ ਸਮੇਂ ਚ ਅਕਾਲ ਤਖ਼ਤ ਸ਼੍ਰੋਮਣੀ ਕਮੇਟੀ ਉਹੀ ਉਹਦੇ ਅੰਡਰ ਆ ਸਾਰਾ ਕੁਛ। ਜਾਂ ਦੋ ਗੱਲਾਂ, ਜਾਂ ਤਾਂ ਕੋਈ ਸਿਆਣੀ ਸਿਆਣੀ ਧਿਰ ਉਹਦੇ ਉੱਤੇ ਕਾਬਜ ਹੋ ਜਾਵੇ, ਫਿਰ ਉਹਤੇ ਡਿਸਕਸ਼ਨ ਹੋਵੇ, ਜਾਂ ਕੋਈ ਧਿਰ ਉਹਦੇ ਪੈਰਲਲ ਖੜੀ ਹੋ ਕੇ ਚੈਲੰਜ ਕਰੇ ਉਹਨਾਂ ਨੂੰ, ਵੀ ਨਹੀਂ ਸਿੱਖ ਦੀ ਪਰਿਭਾਸ਼ਾ ਆਹ ਨਹੀਂ, ਆਹ ਹੋਣੀ ਚਾਹੀਦੀ ਆ, ਸਿੱਖ ਧਰਮ ਚ ਦਾਖਲੇ ਦਾ ਪ੍ਰੋਸੀਜਰ ਆਹ ਨਹੀਂ, ਆਹ ਹੋਣਾ ਚਾਹੀਦਾ ਆ। ਹੁਣ ਅਸੀਂ ਜਿੱਦਾਂ ਰੇਡੀਓ ਤੋਂ ਜਿਹੜਾ ਮੇਰੇ ਕੋਲੋਂ ਕਹਾ ਕੇ ਉਹਦੇ ਮਿਹਨੇ ਕੀ ਆ, ਮਤਲਬ ਹੁਣ ਤੁਸੀਂ ਫਰਾਂਸ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਆ, ਮੇਰੇ ਕੋਲ ਅਥਾਰਟੀ ਹੈਗੀ ਤੁਹਾਨੂੰ ਕੁਛ ਕਹਿਣ ਦੀ, ਬਣਨਾ ਬਣ ਸਕਦਾ ਕਿ ਨਹੀਂ ਬਣ ਸਕਦਾ? ਮਤਲਬ ਅਮਰੀਕਾ ਦਾ ਵੀਜ਼ਾ ਲੈਣਾ, ਅਮਰੀਕਾ ਦਾ ਵੀਜ਼ਾ ਲੈਣਾ, ਹੁਣ ਤੁਸੀਂ ਮੈਨੂੰ ਪੁੱਛੋ ਵੀ 10 ਦਿਨ ਦਾ ਵੀਜ਼ਾ ਮਿਲ ਜਾਊਗਾ? ਹਾਂਜੀ। ਚਲੋ ਤੁਸੀਂ ਮੈਨੂੰ ਦੱਸੋ, ਮੈਨੂੰ ਰਸ਼ੀਆ ਦਾ ਵੀਜ਼ਾ ਮਿਲ ਜਾਊਗਾ? ਹਾਂਜੀ। ਹੂ ਆਈ ਐਮ, ਮੈਂ ਕੌਣ ਹੁੰਦਾ ਇਸ ਗੱਲ ਕਰਨ? ਤੁਹਾਡੇ ਸਵਾਲ ਦਾ ਜਵਾਬ ਹਾਹੀ ਆ। ਹਾਂਜੀ ਹਾਂਜੀ। ਤੇ ਸਰ ਇੱਕ ਦੂਜਾ ਸਵਾਲ ਸੀਗਾ ਸਰ, ਤਿੰਨ ਪੀੜ੍ਹੀਆਂ ਹੁੰਦੀਆਂ ਆਪਣੀਆਂ, ਇੱਕ ਜਿਹੜੀ ਲੰਘ ਚੁੱਕੀ ਹੈ, ਸਾਡੇ ਬਜ਼ੁਰਗ ਹੈ, ਇੱਕ ਅਸੀਂ ਐਟ ਪ੍ਰੈਜੈਂਟ ਹੁਣ ਅਸੀਂ ਜਵਾਨ ਹੈ, ਇੱਕ ਸਾਡੇ ਬੱਚੇ ਹੈ ਆਉਣ ਵਾਲੇ। ਠੀਕ ਹੈ ਜੀ। ਹਾਂਜੀ, ਹੁਣ ਸਾਡੀਆਂ ਅੱਖਾਂ ਖੁੱਲ ਗਈਆਂ, ਤੁਸੀਂ ਬੜੀਆਂ ਮੁੜੀਆਂ ਖੋਲੀਆਂ, ਸਾਡੇ ਮਨ ਚ ਸਵਾਲ ਆਉਣ ਲੱਗ ਗਏ, ਕੁਸ਼ਚਨਸ ਆਉਣ ਲੱਗ ਗਏ, ਅਸੀਂ ਉਹਨਾਂ ਦੇ ਜਵਾਬ ਲੱਭਣ ਲੱਗ ਗਏ, ਇੱਧਰ ਉੱਧਰੋਂ ਮਤਲਬ ਲੌਜਿਕ ਲੱਭਣ ਲੱਗ ਗਏ ਹਰੇਕ ਗੱਲ ਦਾ। ਤੇ ਜਿਹੜੇ ਸਾਡੇ ਬਜ਼ੁਰਗ ਹੈ, ਹੁਣ ਉਹ ਜੇ ਆਪਾਂ ਕੋਈ ਗੱਲ ਕਰਦੇ ਆ ਵੀ ਨਹੀਂ ਜੀ ਇਹ ਇੱਦਾਂ ਹੁੰਦਾ ਵੀ ਉਹ ਫਲਾਣੀ ਜਗ੍ਹਾ ਦੀਵਾ ਨਹੀਂ ਧਰਨਾ, ਉਹ ਨਹੀਂ ਤੁਹਾਨੂੰ ਕੀ ਪਤਾ ਗੁਰੂ ਗੋਬਿੰਦ ਸਿੰਘ ਨੇ ਆਪ ਇਹਨਾਂ ਨੂੰ ਉਹ ਦਿੱਤਾ ਹੋਇਆ, ਵਰ ਦਿੱਤਾ ਹੋਇਆ ਜੀ, ਤੁਸੀਂ ਹੁਣ ਚਲੋ ਅਸੀਂ ਨਹੀਂ ਉਹਨਾਂ ਨੂੰ ਬਦਲਣਾ ਚਾਹੁੰਦੇ, ਕਿ ਇੱਕ ਇੱਕ ਕੋਈ ਕੀ ਕਰੀਏ ਕਿ ਅਸੀਂ ਥੋੜਾ ਥੋੜਾ ਉਹਨਾਂ ਨੂੰ ਚੇਂਜ ਕਰੀਏ। ਫਿਰ ਦੂਜੀ ਗੱਲ, ਜਿਹੜੇ ਸਾਡੇ ਬੱਚੇ ਆ, ਹੁਣ ਚਲੋ ਉਹ ਤਾਂ ਬਲੈਂਕ ਹੈ ਇਸ ਟਾਈਮ, ਬੱਚਾ ਜਿਹੜਾ ਕੱਚਾ ਘੜਾ ਹੁੰਦਾ, ਜਿੱਦਾਂ ਮਰਜ਼ੀ ਅਸੀਂ ਉਹਨੂੰ ਜਿਹੜੀ ਮਰਜ਼ੀ ਉਹਦੇ ਸ਼ੇਪ ਚ ਕੱਢ ਲਈਏ, ਤਾਂ ਅਸੀਂ ਆਪਣੇ ਬੱਚਿਆਂ ਨੂੰ ਕੀ ਗਾਈਡ ਕਰੀਏ ਕਿ ਤਾਂ ਕਿ ਆਉਣ ਵਾਲੇ ਟਾਈਮ ਤੱਕ ਵੀ ਉਹ ਜਿਹੜਾ ਮਤਲਬ ਉਹਨਾਂ ਨੂੰ ਇਹ ਜਿਹੜੀਆਂ ਗੱਪ ਕਹਾਣੀਆਂ ਔਰ ਐਂਡ ਆਲ ਹੈ ਇਹਦੇ ਚੋਂ ਮਤਲਬ ਕਾਫੀ ਉਹ ਹੋ ਜੇ। ਹੁਣ ਜੇ ਅਸੀਂ ਬੱਚਿਆਂ ਨੂੰ ਸਮਝਾਉਂਦੇ ਆ, ਬੱਚਿਆਂ ਦਾ ਇੰਟਰਸਟ ਨਹੀਂ ਹੈਗਾ, ਹੁਣ ਜਿਹੜੇ ਸਕੂਲਾਂ ਚੋਂ ਪੜ੍ਹਦੇ ਆ ਉਹ ਸਾਲੇ ਆਰ ਐਸ ਐਸ ਦੇ ਸਕੂਲ ਹੈ, ਜੇ ਅਸੀਂ ਕਿਸੇ ਜੀ ਸਕੂਲ ਰੁਕ ਜਾਓ ਟਕਸਾਲ ਦੇ ਸਕੂਲ ਹੈ, ਰੁਕ ਜਾਓ ਰੁਕ ਜਾਓ ਰੁਕ ਜਾਓ, ਤੁਹਾਡੀ ਤੁਹਾਡਾ ਕੁਐਸਚਨ ਉਲਝ ਜਾਣਾ ਨਹੀਂ ਤਾਂ। ਹਾਂਜੀ ਹਾਂਜੀ, ਕੁਐਸਚਨ ਤੁਹਾਡਾ ਕੰਪਲੀਟ ਹੋ ਗਿਆ ਵੀ ਜਿਹੜੀ ਤਿੰਨ ਪੀੜ੍ਹੀਆਂ ਆ, ਹਾਂਜੀ ਜਿਹੜੀ ਤੁਹਾਤੋਂ ਪਹਿਲੀ ਪੀੜ੍ਹੀ ਆ, ਹਾਂਜੀ ਉਹ ਸਮਝ ਨਹੀਂ ਰਹੀ ਗੱਲ ਨੂੰ, ਹਾਂਜੀ ਜਿਹੜੀ ਗਾਹਾਂ ਦੀ ਪੀੜ੍ਹੀ ਆ
ਉਹਨੂੰ ਸਮਝਾਉਣਾ ਕਿੱਦਾਂ ਆ ਤੁਹਾਡੇ ਕੋਲ ਪੈਟਰਨ ਕੋਈ ਨਹੀਂ। ਹਾਂਜੀ ਓਕੇ। ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਇਆ ਸੀ? ਨਹੀਂ ਜੀ। ਉਹਨਾਂ ਦੇ ਪਿਤਾ ਨੇ ਪਾਇਆ ਹੋਣਾ? ਹਾਂਜੀ ਪਾਇਆ ਹੋਊਗਾ ਨਾ। ਹਾਂਜੀ ਇਤਿਹਾਸ ਕਹਿੰਦਾ ਵੀ ਸਮਝ ਗਏ ਸੀ ਉਹਨਾਂ ਦੇ ਪਿਤਾ ਜੀ ਵੀ ਉਸੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਨੇ ਨਹੀਂ ਪਾਇਆ ਉਹਨੂੰ ਲਾਹਤਾ ਸੀ ਉਸੇ ਵੇਲੇ। ਹਾਂਜੀ ਲਾਹਤਾ ਸੀ ਉਹਨੇ। ਹਾਂਜੀ ਹਾਂਜੀ। ਨਹੀਂ ਨਹੀਂ ਇਤਿਹਾਸ ਨੇ ਕਿਤੇ ਵੀ ਨਹੀਂ ਕਿਹਾ ਨਾ, ਉਹ ਤਾਂ ਅੜੇ ਰਹੇ ਆ। ਇਤਿਹਾਸ ਤਾਂ ਕਹਿੰਦਾ ਵੀ ਜਦੋਂ ਭੁੱਖੇ ਸਾਧੂਆਂ ਨੂੰ ਭੋਜਨ ਵੀ ਕਰਾਇਆ, 20 ਰੁਪਈਏ ਖਰਾਬ ਕਰਕੇ ਆਏ ਤਾਂ ਉਹਨੂੰ ਚਪੇੜਾਂ ਮਾਰੀਆਂ ਉਹਨੇ। ਹਾਂਜੀ ਹਾਂਜੀ ਹਾਂਜੀ। ਪਹਿਲਾ ਸਿੱਖ ਗੁਰੂ ਨਾਨਕ ਪਾਤਸ਼ਾਹ ਦਾ ਬੇਬੇ ਨਾਨਕੀ ਨੂੰ ਦੱਸਿਆ ਇਤਿਹਾਸ ਨੇ। ਓਕੇ। ਪਹਿਲੀ ਪੀੜੀ ਨਹੀਂ ਸਮਝੀ। ਹਾਂਜੀ। ਤੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਅਗਲੀ ਪੀੜੀ ਸੀ ਸ਼੍ਰੀ ਚੰਦ, ਸਮਝ ਗਿਆ ਸੀ ਉਹ? ਉਹ ਵੀ ਨੀ ਸਮਝਿਆ। ਹਾਂਜੀ ਨਹੀਂ ਉਹ ਵੀ ਨੀ ਸਮਝਿਆ। ਫਿਰ ਗੁਰੂ ਸਾਹਿਬ ਨੂੰ ਫਰਕ ਪਿਆ ਕੋਈ ਉਸ ਗੱਲ? ਨਹੀਂ ਨਹੀਂ ਠੀਕ ਹੈ ਨਾ। ਨਹੀਂ ਸਰ ਮੈਂ ਤਾਂ ਇੱਕ ਜਰਨਲ ਕੁਐਸਚਨ ਤੁਹਾਡੇ ਤੋਂ ਪੁੱਛ ਰਿਹਾ ਕਿ ਵਟ ਵੀ ਡੂ ਫੋਰ ਆਰ ਮਤਲਬ ਜਿਹੜਾ ਫਿਊਚਰ ਹੈ ਉਹਦੇ ਵਾਸਤੇ ਅਸੀਂ ਆਪਣੇ ਬੱਚਿਆਂ ਵਾਸਤੇ ਕੀ ਕਰੀਏ? ਕੁਛ ਨਹੀਂ। ਹਾਂਜੀ ਜੇ ਗੁਰੂ ਸਾਹਿਬ ਤੋਂ ਕੁਛ ਨਹੀਂ ਹੋਇਆ ਅਸੀਂ ਕੀ ਕਰ ਲਾਂਗੇ? ਕੁਛ ਨਾ ਕਰੋ, ਜਿੰਨੀ ਕੁ ਸਮਝ ਆਉਂਦੀ ਨਾ ਉਹਨੂੰ ਜੀਣ ਦੀ ਕੋਸ਼ਿਸ਼ ਕਰ ਲਓ। ਓਕੇ। ਆਪਣੇ ਜਿੱਦਾਂ ਤੁਹਾਨੂੰ ਸਮਝ ਆ ਗਈ ਆ। ਹਾਂਜੀ। ਪਹਿਲੀ ਪੀੜੀ ਨੂੰ ਤਾਂ ਪਤਾ ਨਹੀਂ ਸੀ। ਹਾਂਜੀ। ਤੁਹਾਡੇ ਚ ਕਿਹੜੀ ਏਦਾਂ ਦੀ ਯੋਗਤਾ ਸੀ, ਤੁਸੀਂ ਕਿਹੜੀ ਏਦਾਂ ਦੀ ਭਗਤੀ ਕਰਕੇ ਆਏ ਜਿਹੜਾ ਤੁਹਾਨੂੰ ਪਤਾ ਲੱਗ ਗਿਆ? ਹਾਂਜੀ। ਇਹ ਕਿੱਦਾਂ ਹੋ ਸਕਦਾ ਵੀ ਤੁਹਾਡੀ ਜਿਹੜੀ ਗਾਹਾਂ ਦੀ ਪੀੜੀ ਉਹਨਾਂ ਨੂੰ ਸਮਝ ਨਾ ਆਵੇ ਇਸ ਗੱਲ ਦੀ? ਸਮਝਾਉਣੀ ਜ਼ਰੂਰੀ ਆ, ਉਹ ਗੱਲ ਸੋਚ ਕੇ ਦੱਸੋ। ਇੱਕ ਵੀ ਜੇ ਆਹ ਗੱਲ ਬੱਚਿਆਂ ਨੂੰ ਸਮਝ ਨਾ ਆਈ ਤਾਂ ਉਹਨਾਂ ਦਾ ਨੁਕਸਾਨ ਹੋ ਜਾਣਾ, ਕੋਈ ਇੱਕ ਗੱਲ ਸੋਚ ਕੇ ਦੱਸੋ। ਹਾਂਜੀ ਸੋਚ ਕੇ ਦੱਸੋ। ਉਹੀ ਹੈ ਜੀ ਆਪਣੀ ਜੋ ਆਪਾਂ ਉਹਨਾਂ ਨੂੰ ਡੇਲੀ ਰੂਟੀਨ ਚ ਬੱਚਿਆਂ ਨੂੰ ਜੀ ਨਹੀਂ 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 ਇਦਾਂ ਨਹੀਂ ਇਦਾਂ ਨਹੀਂ ਖੇਲਾਂ ਚ ਸਮਝਾਈਏ ਇਦਾਂ ਨਹੀਂ। ਇੱਕ ਗੱਲ ਸੋਚ ਕੇ ਦੱਸੋ ਵੀ ਆਹ ਕੰਮ ਜੇ ਬੱਚਿਆਂ ਨੂੰ ਨਾ ਪਤਾ ਲੱਗਾ, ਆਹ ਗੱਲ ਨਾ ਪਤਾ ਲੱਗੀ ਤੇ ਨੁਕਸਾਨ ਹੋ ਜਾਣਾ, ਮੈਂ ਹੁਣ ਸਮਝਾਵਾਂ ਕਿੱਦਾਂ। ਜਿੱਦਾਂ ਹੁਣ ਬੱਚਾ ਆਇਆ ਸਾਡਾ, ਅਸੀਂ ਕਹਿੰਦੇ ਹਾਂ ਯਾਰ 5 ਸਾਲ ਦਾ ਹੋ ਗਿਆ ਬਰੱਸ਼ ਨਹੀਂ ਕਰਨ ਲੱਗਾ ਇਹ, ਜੇ ਇਹਨੂੰ ਕੈਂਪ ਤੇ ਜਾਣਾ ਪਿਆ ਕਿੱਦਾਂ ਹੋਊਗਾ? ਹਨਾ ਇਹ ਕੱਪੜੇ ਨਹੀਂ ਬਦਲ ਰਿਹਾ, ਆਪ ਕੱਪੜੇ ਲੱਭ ਨਹੀਂ ਰਿਹਾ, ਚੂਜ਼ ਨਹੀਂ ਕਰ ਪਾਉਂਦਾ ਇਹ। ਮਤਲਬ ਕੋਈ ਇੱਕ ਇੱਦਾਂ ਦੀ ਚੀਜ਼ ਦੱਸੋ ਧਰਮ ਨਾਲ ਸੰਬੰਧਿਤ ਜਿਹਦੇ ਬਾਰੇ ਸਾਨੂੰ ਫਿਕਰ ਆ ਵੀ ਜੇ ਇਹ ਗੱਲ ਬੱਚਿਆਂ ਨੂੰ ਨਾ ਪਤਾ ਲੱਗੀ ਤੇ ਉਹ ਜੀਣਗੇ ਕਿੱਦਾਂ। ਇੱਕ ਇੱਕ ਸੋਚ ਕੇ ਦੱਸੋ, ਸੋਚੋ ਕੁਛ। ਸਰ ਫ੍ਰੀ ਲਿਵਿੰਗ ਜਿਹੜਾ ਆਪਣਾ ਗੁਰੂਆਂ ਨੇ ਸਿਖਾਇਆ ਜ਼ਿੰਦਗੀ ਜੀਣੀ ਮੂਲ ਹੈ ਬੱਚਿਆਂ। ਓਹੋ ਓਹੋ ਬੱਚਿਆਂ ਤੋਂ ਖੋ ਲੈਣਾ ਤੁਸੀਂ ਕਿਤੇ ਇਹ, ਬੱਚਿਆਂ ਦੇ ਆਉਣ ਵਾਲੀ ਪੀੜ੍ਹੀ ਦੇ ਅੰਦਰ ਤਾਂ ਇਹਦੀ ਫਿਕਰ ਹੀ ਛੱਡ ਦਿਓ ਨਾ ਤੁਸੀਂ। ਠੀਕ ਹੈ, ਉਹ ਤਾਂ ਤੁਸੀਂ ਤੁਹਾਡੇ ਕੋਲੋਂ ਬੱਚਿਆਂ ਅੰਦਰ ਚੱਲ ਜਾਵੇ ਵੀ ਇਹਨੂੰ ਨਹੀਂ ਬੁਲਾਉਣਾ, ਇਹਨੂੰ ਨਹੀਂ ਬੁਲਾਉਣਾ, ਆਹ ਚੰਗਾ ਨਹੀਂ ਹੈਗਾ, ਉਹ ਨਹੀਂ ਮੰਨਦੇ ਇੱਦਾਂ। ਹਾਂਜੀ ਹਾਂਜੀ। ਜੇ ਉਹ ਕਿਸੇ ਨੂੰ ਬੁਲਾਉਣੋਂ ਹਟੂਗੇ, ਕਿਸੇ ਦੇ ਬੱਚੇ ਨਾਲੋਂ ਖੇਡਣੋਂ ਹਟੂਗੇ ਤਾਂ ਤੁਹਾਡੇ ਤੋਂ ਡਰਦੇ ਭਵਾਂ ਹਟ ਜਾਣ। ਨਹੀਂ ਤਾਂ ਆਪਣੇ ਆਪ ਦੇ ਵਿੱਚ ਉਹ ਹਰੇਕ ਦੇ ਨਾਲ ਮਿਲਣਾ ਚਾਹੁੰਦੇ ਆ, ਉਹਨਾਂ ਨੂੰ ਕੋਈ ਦਬਾ ਕੇ ਦਿਖਾਲੇ ਉਹਨਾਂ ਨੂੰ। ਉਹ ਤਾਂ ਹੁਣ ਜਾਨੀ ਇਹ ਤਾਂ ਜਨਰੇਸ਼ਨ ਜਿਹੜੀ ਗਾਹਾਂ ਦੀ ਆ ਆਪਣੇ ਆਪ ਕਰ ਰਹੀ ਸਿੱਖ ਰਹੀ ਆ, ਆਪਣੇ ਆਪ ਚ ਉਹ ਪ੍ਰਵਾਹ ਕਰਦੇ ਕਿਸੇ ਦੀ। ਤੁਸੀਂ ਪੰਜਾਬ ਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਦੇਖ ਲਓ, ਅੱਜ ਜਦੋਂ ਕੋਈ ਪੁਲਿਸ ਵਾਲਾ ਕਰਦਾ ਕਿੱਦਾਂ ਮੁੰਡੇ ਫਟਾਫਟ ਵੀਡੀਓ ਬਣਾਉਣ ਲੱਗ ਪੈਂਦੇ ਆ। ਹਾਂਜੀ ਹਾਂਜੀ
ਹੁਣ ਗਾਹ ਨੀ ਇਹ ਕੰਮ ਹੋਣਾ ਨਹੀਂ ਤੁਸੀਂ ਕੁਛ ਵੀ ਨੀ ਤੁਹਾਨੂੰ ਲੱਭਣਾ ਜਿਹਦਾ ਤੁਹਾਨੂੰ ਫਿਕਰ ਕਰਨ ਦੀ ਲੋੜ ਆ ਜਿਹਨੂੰ ਤੁਸੀਂ ਇਹ ਕਹਿੰਦੇ ਨਾ ਵੀ ਬੱਚਿਆਂ ਨੂੰ ਅਸੀਂ ਸਿਖਾਉਣਾ ਆ ਉਹ ਪਤਾ ਕੀ ਆ ਜਿਹੜਾ ਗੁਰਦੁਆਰਿਆਂ ਦੇ ਅੰਦਰ ਇਤਿਹਾਸ ਦੇ ਰਾਹੀਂ ਅਸੀਂ ਕੂੜ ਕਬਾੜ ਭਰ ਰਹੇ ਉਹਨਾਂ ਦੇ ਅੰਦਰ ਤੁਸੀਂ ਗੁਰਬਾਣੀ ਦੇ ਅਰਥ ਸਮਝਾਉਣੇ ਉਹਨਾਂ ਨੂੰ ਉਹੀ ਸਮਝਾਉਂਗੇ ਜਿਹੜੇ ਪਹਿਲਾਂ ਕੀਤੇ ਹੋਏ ਆ ਇਤਿਹਾਸ ਉਹੀ ਸੁਣਾਉਂਗੇ ਜਿਹੜਾ ਕੀਤਾ ਜਿਹੜਾ ਪਹਿਲਾਂ ਲਿਖਿਆ ਜੇ ਉਹਦੇ ਉਲਟ ਸਮਝਾ ਤਾ ਟਕਸਾਲੀ ਕੁੱਟਣਗੇ ਉਹਨੂੰ ਉਹੀ ਸਰ ਮੈਂ ਇੱਥੇ ਲਿਆ ਕੇ ਲਿਆ ਰਿਹਾ ਸੀਗਾ ਗੱਲ ਵੀ ਅਸੀਂ ਜੇ ਕਿਤੇ ਕਿਤੇ ਗੁਰਦੁਆਰੇ ਬੱਚੇ ਨੂੰ ਭੇਜਦੇ ਆ ਜਾਂ ਕੁਛ ਆਪਾਂ ਕੋਈ ਸੋਸ਼ਲ ਮੀਡੀਆ ਤੇ ਕੋਈ ਧਾਰਮਿਕ ਚੀਜ਼ ਸਾਨੂੰ ਇਹੀ ਨੀ ਪਤਾ ਹੁੰਦਾ ਵੀ ਇਹ ਰਾਈਟ ਹੈ ਕਿ ਰੋਂਗ ਹੈ ਕਿਉਂਕਿ ਪਤਾ ਹੀ ਨੀ ਆਪਾਂ ਨੂੰ ਇੰਨੀ ਜ਼ਿਆਦਾ ਮਿਕਸ ਹੋ ਗਿਆ ਕੰਮ ਬੱਚਿਆਂ ਲਈ ਨਾ ਬੱਚਿਆਂ ਲਈ ਨਾ ਫਿਕਰ ਕਰੋ ਤੁਸੀਂ ਆਪਣੇ ਲਈ ਫਿਕਰ ਕਰੋ ਵੀ ਤੁਹਾਨੂੰ ਸਮਝ ਆ ਗਈ ਕਿ ਨਹੀਂ ਆ ਗਈ ਹਾਂਜੀ ਹਾਂਜੀ ਠੀਕ ਹੈ ਉਹਨਾਂ ਨੂੰ ਉਹਨਾਂ ਲਈ ਕੁਛ ਨਾ ਕਰੋ ਉਹਨਾਂ ਲਈ ਵੀ ਨਹੀਂ ਆਪੇ ਕਰ ਲੈਣਾ ਤੁਹਾਨੂੰ ਨੀ ਲੋੜ ਫਿਕਰ ਕਰਨੇ ਦੀ ਉਹਨਾਂ ਨੂੰ ਜਿਹੜੇ 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 ਐਜ਼ ਏ ਪੇਰੈਂਟਸ ਫਰਜ਼ ਆ ਨਾ ਤੁਹਾਡੇ ਉਹਨਾਂ ਦੀ ਜ਼ਿੰਦਗੀ ਦੇ ਲਈ ਵੀ ਟਾਈਮ ਨਾ ਸੌਣ ਲੱਗ ਪਵੇ ਉਹ ਡਿਸਿਪਲਿਨ ਆ ਜਿਹੜਾ ਹੁਣ ਰਾਤ ਨੂੰ ਇਹ ਖਿਆਲ ਰੱਖੋ ਵੀ ਟਾਈਮ ਨਾ ਖਾਣਾ ਖਾ ਲਿਆ ਉਹਨੇ ਟਾਈਮ ਨਾ ਸੌ ਗਿਆ ਇਹ ਨਾ ਬੱਚਾ ਹੈ ਨਾ ਇਹ ਨਾ ਹੋਵੇ ਉਹ ਦੇਰ ਤੱਕ ਟੀਵੀ ਦੇਖਦਾ ਰਹੇ ਰਾਤ ਨੂੰ ਟਾਈਮ ਨਾ ਸੌਂ ਜਾਵੇ ਜੇ ਤੁਹਾਨੂੰ ਪਤਾ ਆ ਵੀ ਜੇ 8 ਵਜੇ ਤੋਂ ਬਾਅਦ ਦੁੱਧ ਪੀ ਲੈਂਦਾ ਜਾਂ ਚਾਹ ਪੀ ਲੈਂਦਾ ਤੇ ਰਾਤ ਨੂੰ ਪਿਸ਼ਾਬ ਕਰਨ ਉੱਠਦਾ ਉਹ ਕਈ ਵਾਰ ਜਾਣ ਕੇ ਉੱਠਦਾ ਨੀ ਪਿਸ਼ਾਬ ਵਿੱਚ ਕਰ ਦਿੰਦਾ ਕਮਜ਼ੋਰੀ ਹੁੰਦੀ ਬੱਚੇ ਦੀ ਫਿਰ ਦੁੱਧ ਪਹਿਲਾਂ ਪਿਲਾ ਦਿਓ ਉਹਨੂੰ ਉਹ 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 ਤੁਸੀਂ ਆਪ ਉਹਨੂੰ ਆਦਤ ਪਾਉਂਗੇ ਵੀ ਇੰਨੇ ਵਜੇ ਖਾਣਾ ਖਾ ਲਾ ਏਦਾਂ ਸੌਂ ਜਾ ਉੱਠ ਇੰਨੇ ਵਜੇ ਉੱਠ ਕੇ ਪਹਿਲਾਂ ਬਾਥਰੂਮ ਜਾ ਬਰੱਸ਼ ਕਰ ਨਹਾ ਕੱਪੜੇ ਆਪ ਚੂਜ਼ ਕਰ ਹੋਮਵਰਕ ਆਪਣਾ ਟਾਈਮ ਸਿਰ ਕਰ ਬੈਗ ਵਿੱਚ ਕਿਤਾਬਾਂ ਪਾ ਲੰਚ ਦੀ ਤਿਆਰੀ ਕਰ ਉਹ ਤੁਹਾਡੇ ਸਿਖਾਉਣੇ ਵਾਲਾ ਆ ਡਿਸਿਪਲਿਨ ਦਾ ਕੰਮ ਉਹ ਦੇ ਦਿਓ ਬਾਕੀ ਸਕੂਲ ਨੇ ਉਹਨੂੰ ਐਜੂਕੇਸ਼ਨ ਦੇ ਦੇਣੀ ਆ ਸਮੇਂ ਦੇ ਨਾਲ ਉਹਨੂੰ ਆਪੇ ਸਿੱਖ ਜਾਣਾ ਆ ਹੋਰ ਜਿਹੜਾ ਕੂੜ ਕਬਾੜ ਭਰਨਾ ਆ ਉਹਨੂੰ ਰਹਿਣ ਦਿਓ ਜਿੱਦਣ ਬੱਚਿਆਂ ਨੂੰ ਸਮਝ ਆਉਣੀ ਆ ਆਪਣੇ ਆਪ ਤੁਹਾਨੂੰ ਕਿੰਨੀ ਉਮਰ ਦੇ ਵਿੱਚ ਇਹ ਗੱਲਾਂ ਸਮਝ ਆਈਆਂ ਸਰ ਮੈਂ ਤਾਂ ਹੁਣ 31-32 ਸਾਲ ਦਾ ਹੋ ਗਿਆ ਹੁਣ ਪਤਾ ਲੱਗਿਆ ਤਾਂ ਬੱਚੇ ਤੁਹਾਡੇ ਨਾਲੋਂ ਇੱਦਾਂ ਨਿਕੰਮੇ ਹੋਣਗੇ ਮਤਲਬ ਸੋਰੀ ਤੁਹਾਤੋਂ ਪਹਿਲੀ ਪੀੜੀ ਜਿਹੜੀ ਤੁਹਾਡੇ ਪਿਤਾ ਜੀ ਕਿੰਨੀ ਉਮਰ ਦੇ ਹੋ ਗਏ ਉਹ ਤਾਂ 60-62 ਸਾਲ ਦੇ ਹੋ ਗਏ ਜੀ ਉਹਨਾਂ ਨੂੰ 62 ਸਾਲ ਦੀ ਉਮਰ ਤੱਕ ਵੀ ਪਤਾ ਨੀ ਲੱਗਿਆ ਤੁਹਾਨੂੰ 30-31 ਚ ਪਤਾ ਲੱਗ ਗਿਆ ਤੁਸੀਂ ਉਹਨਾਂ ਨਾਲੋਂ 50% ਵਧੀਆ ਹੋ ਗਏ ਆ ਤੇ ਜੇ ਬੱਚੇ ਵੀ ਤੁਹਾਡੇ ਨਾਲੋਂ 50 ਵਧੀਆ ਐਵਰੇਜ ਰੱਖੀਏ ਉਹ ਤਾਂ ਜ਼ਿਆਦਾ ਵਧੀਆ ਹੋਣਗੇ ਉਹਨਾਂ ਨੂੰ 15 ਸਾਲ ਸਮਝ ਆ ਜਾਣੀ ਧਰਤੀ ਨੂੰ ਕੁਛ ਨੀ ਹੋਇਆ ਸਾਡੇ ਤੇ ਝੂਠ ਬੋਲਿਆ ਗਿਆ ਧਰਤੀ ਤੇ ਪਾਪ ਵੱਧ ਗਿਆ ਸੀਗਾ ਨਹੀਂ ਜਿਹੜੇ ਸਤਯੁਗ ਦੀਆਂ ਗੱਲਾਂ ਕ੍ਰਿਸ਼ਨ ਕਿਹੜੇ ਯੁੱਗ ਵਿੱਚ ਮਾਮੀ ਨੂੰ ਲੈ ਕੇ ਦੌੜਾ ਸੀ ਪਤਾ ਨੀ ਸਰ ਨਹੀਂ ਰਾਮ ਦੀ ਲਵ ਮੈਰਿਜ ਹੋਈ ਕਿਹੜੇ ਯੁੱਗ ਵਿੱਚ ਹੋਈ ਆ ਉਹੀ ਕੁਛ ਚੱਲਦਾ ਨਹੀਂ ਨਹੀਂ ਕੁੜੀ ਇੱਕ ਯਾਰ ਰਾਜੇ ਦੀ ਕੁੜੀ ਚੁਣ ਰਹੀ ਆ ਇਹਦੇ ਨਾਲ ਵਿਆਹ ਕਰਾਉਣਾ ਮੈਂ ਉਹ ਸ਼ਰਤ ਰੱਖਦੀ ਆ ਹਨਾ ਆਹੋ ਹੁਣ ਜਾਣੀ ਅੱਜ ਕਿਸੇ ਅਮੀਰ ਦੀ ਕੁੜੀ ਕਹੇ ਬੰਦਾ ਜਿਹੜਾ ਤੇਜ਼ ਫਰਾਰੀ ਚਲਾਵੇ ਉਹਦੇ ਨਾਲ ਵਿਆਹ ਕਰਾਉਂਗੀ ਮੈਂ ਹਾਂਜੀ
ਏਦਾਂ ਦਾ ਬੋਡੀ ਬਿਲਡਰ ਹੋਵੇ ਉਹਨਾਂ ਵਿਆਹ ਕਰਾਉ, ਉਹ ਇਹੀ ਕਹਿੰਦੀ ਜਿਹੜਾ ਧਨੁਸ਼ ਚੱਕ ਦਊਗਾ ਉਹ ਆਪ ਰੋ ਚੱਕ ਕੇ ਪਰੀ ਰੱਖਦੀ ਸੀ। ਇਸ ਕਰਕੇ ਐਵੇਂ ਫਿਕਰ ਨਾ ਕਰੋ, ਨਾ ਕੁਛ ਨਿਆਣਿਆਂ ਨੂੰ ਹੋਣ ਲੱਗਾ ਨਾ ਸਮਾਜ ਨੂੰ ਹੋਣ ਲੱਗਾ, ਤੁਸੀਂ ਆਪ ਆਪਣਾ ਆਪ ਸਵਾਰ ਲਓ, ਸਾਰਾ ਕੁਛ ਠੀਕ ਹੋ ਜਾਣਾ। ਠੀਕ ਹੈ ਹੀ ਆ ਸਮਾਜ, ਠੀਕ ਹੈ, ਚਲੋ ਠੀਕ ਹੈ ਵੀਰੇ, ਮਿੰਟ ਪੰਜ ਰਹਿ ਗਿਆ ਸਾਨੂੰ, ਅਸੀਂ ਕਰ ਲਈਏ ਇੱਕ ਗੱਲ ਸਰ ਹੋਰ ਕਰਨੀ ਸੀ, ਪਲੀਜ਼ ਸਰ ਇੱਕ ਗੱਲ ਲਾਸਟ, 12 ਮਿੰਟ ਹੋ ਗਿਆ, ਕਰੋ ਚਲੋ ਸਰ ਕਰੋ। ਹਾਂਜੀ ਸਰ, ਇੱਕ ਨਾ ਮੈਂ ਐਕਚੁਅਲੀ ਪੰਜਾਬ ਚ ਬੈਂਕ ਚ ਜੋਬ ਕਰਦਾ ਇੱਕ ਚ, ਉੱਥੇ ਨਾ ਯੂਨੀਅਨ ਹੈ ਸਾਡੀ, ਤੇ ਮੈਂ ਥੋੜਾ ਜਿਹਾ ਮੈਂ ਵੀ ਉਹਨਾਂ ਨੇ ਸੈਕਟਰੀ ਬਣਾਤਾ ਮੈਨੂੰ ਧੱਕੇ ਨਾਲ ਹੀ, ਮੈਂ ਬਣਨਾ ਨੀ ਚਾਹੁੰਦਾ ਸੀ। ਹਾਂਜੀ, ਬਟ ਹੁਣ ਇੱਕ ਇੱਕ ਬੰਦਾ ਆ ਗਿਆ ਵਿੱਚ, ਉਹ ਨਾ ਹਰੇਕ ਗੱਲ ਤੇ ਮਤਲਬ ਹਿੰਦੂਵਾਦ ਸ਼ੁਰੂ ਕਰ ਦਿੰਦਾ, ਰਾਧੇ 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 ਰਾਧੇ। ਉਹ ਸਾਨੂੰ ਅਸੀਂ ਮਤਲਬ ਉਹਨੂੰ ਕੋਸ਼ਿਸ਼ ਕਰਦੇ ਹਾਂ ਵੀ ਇਹ ਚੀਜ਼ ਨਾ ਬਾੜੀਏ, ਉਹਨੂੰ ਕਿੱਦਾਂ ਅਸੀਂ ਕੰਟਰੋਲ ਕਰੀਏ ਸਾਨੂੰ ਸਮਝ ਨੀ ਆਉਂਦਾ। ਮੈਂ 2-3 ਵਾਰੀ ਤਾਂ ਮੈਨੂੰ ਗੁੱਸਾ ਚੜਿਆ ਵੀ ਮੈਂ ਇਹਨੂੰ ਕੁੱਟ ਦੇਵਾਂ। ਇਹ ਸਥਾਨਕ ਸਮੱਸਿਆ ਆ, ਜਿਹਨਾਂ ਜਿੰਨੇ ਹੱਲ ਤੁਹਾਡੇ ਦਿਮਾਗ ਚ ਆਉਂਦੇ ਆ, ਮੰਨ ਲਓ 4 ਹੱਲ ਆਉਂਦੇ ਆ, ਇੱਕ ਇੱਕ ਕਰਕੇ ਲਾਗੂ ਕਰਕੇ ਦੇਖ ਲਓ। ਸਭ ਤੋਂ ਪਹਿਲਾਂ ਕੁੱਟਣੇ ਵਾਲਾ ਕਰਕੇ ਦੇਖ ਲਓ, ਸੌਖਾ ਉਹੀ ਆ। ਨਹੀਂ ਨਹੀਂ ਸੌਖਾ ਨਹੀਂ, ਮਤਲਬ ਜਿੰਨਾ ਚਿਰ ਲਾਗੂ ਨੀ ਕਰੂ, ਨਹੀਂ ਨਹੀਂ ਜਿੰਨਾ ਚਿਰ ਲਾਗੂ ਨੀ ਕਰੂਗੇ ਨਾ ਆਪਣੇ ਫੈਸਲੇ ਨੂੰ, ਉਨਾ ਚਿਰ ਤੁਹਾਨੂੰ ਪਤਾ ਨੀ ਲੱਗਣਾ ਉਹਦਾ ਸਿੱਟਾ ਕੀ ਨਿਕਲਦਾ। ਜਿਹੜੇ ਮੇਰੇ ਵਾਲੇ ਫੈਸਲੇ ਮੈਂ ਕਿੱਦਾਂ ਸਿੱਝਦਾ ਹੁੰਦਾ ਇੱਦਾਂ ਦਿਆ ਨਾ, ਉਹ ਜੇ ਮੇਰੇ ਵਾਲਾ ਲਾਗੂ ਕਰੂੰਗੇ ਤੁਹਾਤੋਂ ਕਰਨੀ ਹੋਣਾ। ਠੀਕ ਹੈ, ਕਿਉਂਕਿ ਮੇਰੇ ਚ ਵੀਰਾ ਮੇਰੇ ਚ ਸਬਰ ਬਹੁਤ ਆ। ਮੈਂ 2-2 ਸਾਲ ਸਬਰ ਕਰ ਲੈਂਦਾ ਹੁੰਦਾ ਇੱਦਾਂ, ਕੋਈ ਗੱਲ ਨੀ ਤਾਂ ਕੀ ਹੋ ਗਿਆ, ਹਨਾ, ਇੰਨੇ ਇੰਨੇ ਚਿਰ ਚ ਅਗਲਾ ਭੁਲੇਖਾ ਪਾੜ ਲੈਂਦਾ ਵੀ ਇਹ ਦੱਬ ਗਿਆ ਹੈ। ਠੀਕ ਹੈ, ਕੋਈ ਨੀ, ਚੰਗਾ, ਓਕੇ, ਥੈਂਕ ਯੂ ਵੈਰੀ ਮਚ। ਇੱਕ ਵਟਸਐਪ ਤੇ ਸਾਡੇ ਨਾਲ ਇੱਕ ਸਰੋਤੇ ਹੋ ਰਿਹਾ ਜੀ, ਉਹਨਾਂ ਦੀ ਗੱਲ ਸੁਣ ਲਈਏ, ਤੇ ਉਹ ਤੋਂ ਪਹਿਲਾਂ 0108 ਵਾਲਿਆਂ ਨੂੰ ਕਿੱਦਾਂ ਕਰਨੀ ਆ, ਕੋਈ ਨੀ, ਉਹ ਵੇਟ ਕਰਨਗੇ। ਹਾਂਜੀ ਵੀਰ ਜੀ, ਮੁਕਤਸਰ ਤੋਂ ਤੁਸੀਂ ਆਉਂਦੇ ਹੋ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਕਸ਼ਮੀਰ ਸਿੰਘ ਬੋਲਦਾ ਜੀ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਵੀਰ ਜੀ ਹਰਦੇਵ ਸਿੰਘ ਜੰਮੂ ਬਾਰੇ ਗੱਲ ਕਰਨੀ ਸੀ, ਇਹਨਾਂ ਨੇ ਜਿਹੜਾ ਆਰਟੀਕਲ ਲਿਖਿਆ ਸੀ ਭਾਈ ਸਾਹਿਬ ਦੇ ਬਾਰੇ। ਹਾਂਜੀ ਹੈਲੋ। ਹਾਂਜੀ ਹਾਂਜੀ, ਇਹ ਚ ਉਹਨਾਂ ਨੇ ਇਹ ਗੱਲ ਕੀਤੀ ਸੀ ਨਾ ਜੀ, ਵੀ ਜਿਹੜੀਆਂ ਵਿਕਸਿਤ ਦੇਸ਼ ਆ ਜਾਂ ਬਾਹਰਲੇ ਮੁਲਕ ਆ, ਉਹ ਵੀ ਮਨੌਤਾਂ ਪਾਲ ਕੇ ਵਿਕਾਸ ਕਰਕੇ ਗਏ ਆ। ਟਰੰਪ ਦੇ ਬਾਰੇ ਵੀ ਕਿਹਾ ਵੀ ਟਰੰਪ ਐ ਕਰਦਾ ਤੇ ਤਾਂ ਵੀ ਉਹਨਾਂ ਨੇ ਵਿਕਾਸ ਕੀਤਾ, ਪਰ ਜਿਹੜੀਆਂ ਇਹ ਉਹਨਾਂ ਦੇ ਮਨੌਤਾਂ ਨੂੰ ਤੇ ਆਪਣੀਆਂ ਮਨੌਤਾਂ ਨੂੰ ਬਹੁਤ ਹਲਕੇ ਢੰਗ ਚ ਲੈ ਰਹੇ ਜੀ। ਉਹਨਾਂ ਦਾ ਕੋਈ ਵਹਿਮ ਭਰਮ ਹੋਊਗਾ ਕੋਈ ਹੋਊਗਾ, ਪਰ ਸਾਡੀਆਂ ਮਨੌਤਾਂ ਤਾਂ ਕੱਟਣ ਵੱਢਣ ਵਾਲੀਆਂ ਜੀ। ਨਹੀਂ ਨਹੀਂ ਵੀਰੇ, ਇੱਦਾਂ ਜਿਹੜੀਆਂ ਜਿਹੜੀਆਂ ਨਾ ਮਨੌਤਾਂ ਦੀ ਗੱਲ ਹੁੰਦੀ ਆ, ਹਾਂਜੀ, ਉਹਦੇ ਵਿੱਚ ਨਾ ਜਿਹੜੀ ਗੱਲ ਢੱਡਣ ਵਾਲੇ ਨੇ ਵਿਕਾਸ ਦੀ ਕੀਤੀ ਆ, ਵੀ ਵਿਕਾਸ ਤੇ ਤੁਹਾਡੇ ਵਿਕਾਸ ਵਿੱਚ ਉਹ ਰੋੜਾ ਬਣਦੀਆਂ। ਹਾਂਜੀ, ਦੇਖੋ ਹੁਣ ਜੰਮੂ ਵਾਲੇ ਨੂੰ ਪੁੱਛੇ, ਹਾਂਜੀ, ਵੀ ਇਹਦੀ ਉਮਰ ਹੈਗੀ ਮੰਨ ਲਓ 50 ਸਾਲ, ਠੀਕ ਹੈ ਜੀ, ਤੇ ਇਹਦੇ 2 ਬੱਚੇ ਆ 14-16 ਸਾਲ ਦੀ, ਲੜਕੀ ਆ ਇਹਦੀ ਮੰਨ ਲਓ 15-16 ਸਾਲ ਦੀ, ਜਾਂ ਲੜਕਾ ਆ। ਹੁਣ ਇਹ ਵਿਆਹ ਆ, ਇਹਦੀ ਪਤਨੀ ਆ, ਰੋਜ਼ ਸਵੇਰੇ ਉੱਠਦਾ, ਆਪਣੀ ਤਿੰਨੀ ਆਦਮੀ ਤਿਆਰ ਹੁੰਦੇ ਆ, ਕਾਰ 'ਚ ਬਹਿੰਦੇ ਆ, ਬਾਜ਼ਾਰ ਚਲ ਜਾਂਦੇ ਆ, ਗਰੋਸਰੀ ਲੈਂਦੇ ਆ, ਰੈਸਟੋਰੈਂਟ ਖਾਣਾ ਖਾਂਦੇ ਆ, ਸ਼ਾਮ ਨੂੰ ਆ ਜਾਂਦੇ ਆ, ਟਾਈਮ ਹੁੰਦਾ ਰੋਟੀ ਖਾ ਕੇ, ਨਿਆਣਿਆਂ ਨੂੰ ਕਹਿੰਦੇ ਚੰਗਾ ਬੱਚਿਓ ਟਾਈਮ ਨਾਲ ਸੌਵੋ, ਅਸੀਂ ਸੌਣ ਲੱਗੇ, ਆਪਣੇ ਰੂਮ ਚਲ ਗਿਆ ਸੌਂ ਗਿਆ। ਹੁਣ ਇਹਦਾ 16 ਸਾਲ ਦਾ ਬੱਚਾ ਕਹੇ ਜੰਮੂ ਵਾਲੇ ਨੂੰ ਵੀ ਦੇਖ ਜਿੱਦਾਂ ਤੂੰ ਆਪਣੀ ਪਤਨੀ ਨੂੰ ਲਈ ਫਿਰਦਾ ਆ,
ਮੈਂ ਵੀ ਚਾਹੁੰਦਾ ਆ ਵੀ ਇੱਕ ਕੁੜੀ ਹੋਵੇ, ਮੈਂ ਉਹਨਾਂ ਵਿਆਹ ਕਰਾਵਾਂ, ਏਦਾਂ ਮੈਨੂੰ ਵੀ ਆਜ਼ਾਦੀ ਹੋਵੇ, ਏਦਾਂ ਮੈਂ ਵੀ ਰਹਿਣਾ ਚਾਹੁੰਦਾ। ਇਹ ਉਸ ਵੇਲੇ ਕੀ ਕਰੂਗਾ? ਕੀ ਉਹਨੂੰ ਆਗਿਆ ਦੇ ਸਕਦਾ? ਨਹੀਂ ਜੀ। ਕਿਉਂ ਨਹੀਂ ਦੇ ਸਕਦਾ? ਜੇ ਇਹ ਫਿਰ ਸਕਦਾ, ਉਹ ਬੱਚਾ ਕਿਉਂ ਨਹੀਂ ਫਿਰ ਸਕਦਾ? ਕਿਹੜੇ ਕਿਹੜਾ ਰੂੜਾ? ਇਹ ਕਹੂਗਾ ਵੀ ਤੇਰੀ ਤਰੱਕੀ ਨਹੀਂ ਹੋਣੀ, ਉਹ ਕਹੂਗਾ ਤੇਰੀ ਹੋ ਗਈ, ਮੇਰੀ ਕਾਹਤੇ ਨਹੀਂ ਹੋਣੀ। ਇਹ ਕਹੂਗਾ ਤੇ ਤੋਂ ਪੜ੍ਹ ਨਹੀਂ ਹੋਣਾ, ਉਹ ਕਹੂਗਾ ਤੂੰ ਨਿਕੰਮਾ ਹੋਊਗਾ, ਤੇ ਤੋਂ ਨਾ ਪੜ੍ਹੋ। ਮੈਂ ਤਾਂ ਕੁੜੀ ਹਰ ਰੋਜ਼ ਕਲਾਸ ਚ ਮੇਰੇ 15 ਕੁੜੀਆਂ ਇਕੱਠੇ ਤਾਂ ਪੜ੍ਹਦੇ ਅਸੀਂ, ਦਸ ਘੰਟੇ ਮੇਰੇ ਨਾਲ ਡੈਸਕ ਦੇ ਉੱਤੇ ਕੁੜੀ ਬਹਿੰਦੀ ਆ, ਇਕੱਠੇ ਪੜ੍ਹਦੇ ਅਸੀਂ, ਅਸੀਂ ਤਾਂ ਹੋਮਵਰਕ ਕਰੀਦਾ, ਵਧੀਆ ਬੜਾ ਲੱਗਦਾ। ਰਾਤ ਨੂੰ ਤਾਂ ਸੌ ਜਾਣਾ ਸੀ ਬਸ। ਹੁਣ ਕਾਰਨ ਪਤਾ ਕੀ ਆ? ਕਾਰਨ ਇਹ ਆ ਵੀ ਜਿਹੜੇ ਵਿਕਾਸ ਦੀ ਗੱਲ ਕਰਦੇ ਆ, ਉਹ ਵਿਕਾਸ ਜੰਮੂ ਵਾਲੇ ਦਾ ਹੋ ਚੁੱਕਾ, ਪੜ੍ਹ ਲਿਆ, ਨੌਕਰੀ ਮਿਲ ਗਈ ਆ, ਸੈਟਲ ਹੋ ਗਿਆ। ਉਸ ਵੇਲੇ ਔਰਤ ਤੇ ਧਿਆਨ ਗਿਆ, ਉਹਨੇ ਰੰਗ ਰਲੀਆਂ ਮਨਾ ਲਈਆਂ, ਕੋਈ ਫਰਕ ਨਹੀਂ ਪਿਆ। ਇੱਕ 16 ਸਾਲ ਦਾ ਬੱਚਾ ਜੇ ਔਰਤ ਨਾਲ ਇੱਦਾਂ ਖੇਡਣ ਲੱਗ ਪਿਆ, ਰੰਗ ਰਲੀਆਂ ਮਨਾਉਣ ਲੱਗ ਪਿਆ, ਉਹ ਤੋਂ ਹੋਮਵਰਕ ਨਹੀਂ ਹੋਣਾ, ਪੜ੍ਹ ਨਹੀਂ ਹੋਣਾ। ਪਤੀ ਪਤਨੀ ਜਦੋਂ ਹੁੰਦੇ ਆ, ਜਦੋਂ ਔਰਤ ਦੇ ਨਾਲ ਬੰਦਾ ਰਹਿੰਦਾ, ਉੱਥੇ ਕੱਲਾ ਇਹ ਨਹੀਂ ਹੈਗਾ ਵੀ ਉਹਨੂੰ ਸੌਣ ਦੀ ਆਜ਼ਾਦੀ ਆ, ਉਹਨਾਂ ਚ ਝਗੜੇ ਵੀ ਹੁੰਦੇ ਆ, ਸਟ੍ਰੈਸ ਵੀ ਹੁੰਦੀ ਆ। ਉਹਦੇ ਚ ਇਹ ਵੀ ਖਤਰਾ ਹੁੰਦਾ ਆ ਵੀ ਉਹ ਜੇ ਜਿਹੜੇ ਇਕੱਠੇ ਆ, ਜਿਹੜੀ ਜੋੜੀ ਆ, ਉਹ ਚ ਜਦੋਂ ਕੁੜੀ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਨ ਲੱਗ ਪਊਗੀ, ਡਿਪਰੈਸ਼ਨ ਚ ਨਾ ਜਾਊਗਾ ਬੰਦਾ ਵੀ ਮੇਰੇ ਨਾਲ ਉਹਨੂੰ ਵਧੀਆ ਸਮਝਣ ਲੱਗ ਪਈ ਆ, ਨਾਲੇ ਹੀ ਆਉਣਾ ਨਾ। ਜਿਸ ਕਰਕੇ ਬੱਚੇ ਨੂੰ ਇਹ ਕਿਹਾ ਜਾਂਦਾ ਵੀ ਅਜੇ ਇਹਨਾਂ ਕੰਮਾਂ ਤੋਂ ਬਾਅਦ ਤੇਰੇ ਵਿਕਾਸ ਦੇ ਰਾਹ ਵਿੱਚ ਰੋੜਾ ਆ। ਜਿਹੜੀ ਅਮਰੀਕਾ ਵਰਗੀ ਕੌਮ ਆ ਨਾ, ਜਿਹੜੀਆਂ ਗੱਲਾਂ ਅਸੀਂ ਅੱਜ ਕਰਦੇ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਕ੍ਰਾਂਤੀ ਆ ਗਈ ਸੀ। ਜਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਆ, ਉਹ 225 ਸਾਲ ਪਹਿਲਾਂ ਦਾ ਲਿਖਿਆ ਹੋਇਆ ਸੰਵਿਧਾਨ ਆ ਉਹਨਾਂ ਦਾ। ਇਲੈਕਸ਼ਨ ਵਾਲਾ ਹੁਣ ਦਾ ਸਿਸਟਮ ਕਿੰਨੀਆਂ ਸਦੀਆਂ ਪੁਰਾਣਾ, ਉਹਨੇ ਲਾਗੂ ਕੀਤਾ ਆ, ਉਹ ਵਿਕਸਿਤ ਹੋ ਚੁੱਕੇ ਆ, ਉਹ ਕਰ ਲੈਣ, ਕੋਈ ਫਰਕ ਨਹੀਂ ਪੈਣਾ। ਦੇਸ਼ ਨੇ ਤਰੱਕੀ ਕਰ ਲਈ, ਉਹਨਾਂ ਕੋਲ ਆਪਣੀ ਸਟੇਟ ਆ, ਉਹ ਕਰ ਲੈਣ ਜੀ, ਹਨਾ। ਅਸੀਂ ਤਾਂ ਉਦਾਂ ਹੀ ਕਨਫਿਊਜ਼ ਆ, ਜੇ ਉੱਤੇ ਵਹਿਮਾਂ ਭਰਮਾਂ ਚ ਪੈ ਗਏ। ਸਾਡਾ ਐਜੂਕੇਸ਼ਨ ਦਾ ਸਿਸਟਮ ਕਿਸੇ ਹੋਰ ਦੇ ਕਾਬੂ ਚ ਆ, ਸਾਨੂੰ ਤਾਂ ਇਹ ਵੀ ਨੀ ਪਤਾ ਵੀ ਜਿਹੜਾ ਹੋਮਵਰਕ ਦਿੱਤਾ ਜਾਂਦਾ, ਜਿਹੜੀ ਪੜ੍ਹਾਈ ਕਰਾਈ ਜਾਂਦੀ ਆ, ਉਹ ਮੇਰੇ ਆਉਣ ਵਾਲੇ ਵਿਕਾਸ ਦੇ ਵਿੱਚ ਫਾਇਦਾ ਵੀ ਹੈ ਜਾਂ ਨਹੀਂ, ਨਹੀਂ ਪਤਾ। ਤੇ ਉੱਤੇ ਅਸੀਂ ਵਹਿਮਾਂ ਭਰਮਾਂ ਚ ਪੈ ਗਏ, ਅਰਦਾਸਾਂ ਕਰਨ ਲੱਗ ਪਏ ਤੇ ਕਰਕੇ ਵੀ ਰੱਬ ਆਊਗਾ ਤਾਂ ਠੀਕ ਕਰ ਦਊਗਾ। ਹਾਂਜੀ ਠੀਕ ਹੈ, ਉਹ ਨਹੀਂ ਉਹਨਾਂ ਦੇ ਬਸ ਦੀ ਗੱਲ ਨੀ ਜੀ, ਜੰਮੂ ਵਾਲੇ ਦੇ ਨੀ ਬਸ ਦੀ ਗੱਲ। ਉਹਨਾਂ ਦਾ ਮਸਲਾ ਇਹੀ ਹੈ ਨਾ ਜੀ, ਵੀ ਗੱਲ ਤਾਂ ਲੈਵਲ ਦੀ, ਵੀ ਉਹਨਾਂ ਦਾ ਲੈਵਲ ਕਿੱਥੇ ਹੈ ਇਸ ਵੇਲੇ, ਸੋਚ ਦਾ, ਸੁਭਾਅ ਦਾ, ਸਾਰਾ ਕੁਛ, ਕਿ ਅਸੀਂ ਅਜੇ ਤਾਂ ਕਿੱਥੇ ਹਾਂ ਜੀ। ਸਾਡੇ ਵਾਸਤੇ ਤਾਂ ਪ੍ਰੋਬਲਮ ਇਸੇ ਗੱਲ ਦੀ ਹੈ ਜੀ। ਨਹੀਂ ਨਹੀਂ ਉਹਨਾਂ ਦੀ ਕੱਲ ਭਾਈ ਰਣਜੀਤ ਸਿੰਘ ਆਏ ਸੀ ਸਾਡੇ ਕੋਲ ਸਕੂਲ, ਨਿਸ਼ਾਨ ਅਕੈਡਮੀ ਸਕੂਲ ਆ ਜੀ ਸਾਡਾ ਔਲਖ। ਹਾਂਜੀ, ਉੱਥੇ ਵੀ ਭਾਈ ਸਾਹਿਬ ਨਾਲ ਗੱਲ ਹੋਈ ਸੀ, ਭਾਈ ਸਾਹਿਬ ਨੇ ਵੀ ਇਹੀ ਗੱਲ ਕਹੀ ਵੀ ਜਿਹੜਾ ਇਹ ਮਨੌਤਾਂ ਦਾ ਸਾਡੇ ਢੱਕਣ ਲਾਈ ਬੈਠੇ ਆ ਨਾ ਜੀ, ਵੀ ਜਿੰਨਾ ਚਿਰ ਅਸੀਂ ਇਹ ਨਹੀਂ ਲਾਉਂਦੇ ਉਨਾ ਚਿਰ ਸਾਡੇ ਅੰਦਰ ਜਾਣਾ ਨੀ ਜੀ ਕੁਛ, ਕੋਈ ਸ਼ੱਕ ਨੀ ਜੀ ਉਹਦੇ ਵਿੱਚ ਇਹ ਲਾਓ। ਹਾਂ ਵੀ ਜੇ ਅਸੀਂ ਵਿਕਾਸ ਕਰਨਾ ਤੇ ਇਹਨਾਂ ਗੱਲਾਂ ਨੂੰ ਸਾਨੂੰ ਛੱਡ ਕੇ ਇੱਕ ਵਾਰੀ ਜਿਹੜਾ ਕੁਛ ਖੁੱਲੇ ਦਿਮਾਗ ਨਾਲ ਅਸੀਂ ਅਕਸੈਪਟ ਕਰਾਂਗੇ, ਫਿਰ ਉਹਨੂੰ ਅਨੈਲਿਸਿਸ ਕਰਾਂਗੇ, ਫਿਰ ਜਾਣੀ ਕਿ ਅੱਗੇ ਅਸੀਂ ਜਾ ਸਕਦੇ ਹਾਂ। ਇੱਦਾਂ ਹੀ ਹੋਣਾ, ਉਹ ਵੀ ਜੇ ਕਰ ਸਕਾਂਗੇ ਤਾਂ।
ਸਹੀ ਹੈ ਜੀ ਗੱਲ। ਇਹਨੇ ਕੱਲ ਇੱਕ ਉਦਾਹਰਣ ਦਿੱਤੇ ਹਰਦੇਵ ਸਿੰਘ ਜੰਮੂ ਨੇ ਵੀ ਡਾਕਟਰ ਵੀ ਮੰਨਦੇ ਇਸ ਗੱਲ ਨੂੰ ਵੀ ਚਮਤਕਾਰ ਹੋ ਜਾਂਦਾ ਵੀ ਕਈ ਵਾਰੀ ਸਾਡੇ ਪੇਸ਼ੈਂਟ ਆ ਜਿਹਨਾਂ ਨੂੰ ਅਸੀਂ ਡੈਡ ਸਮਝ ਲੈਂਦੇ ਹਾਂ ਉਹ ਤੋਂ ਬਾਅਦ ਉਹ ਫਿਰ ਜੀਵਿਤ ਹੋ ਜਾਂਦੇ ਆ। ਇਹਦੇ ਚ ਗੱਲ ਤਾਂ ਇੰਨੀ ਕੁ ਆ ਨਾ ਜੀ, ਜਿਹੜੀ ਚੀਜ਼ ਸਾਨੂੰ ਕੁਦਰਤ ਦਾ ਨਿਯਮ ਕੋਈ ਨਹੀਂ ਸਮਝ ਆਉਂਦਾ ਵੀ ਉਹ ਚਮਤਕਾਰ ਹੋ ਸਕਦਾ ਹੋਰ 50-100 ਸਾਲਾਂ ਨੂੰ, ਇਹਦਾ ਪਤਾ ਲੱਗ ਜੇ ਵੀ ਭਾਈ 50 ਸੈਕਿੰਡਾਂ ਬਾਅਦ ਜਾਂ 1 ਮਿੰਟ ਬਾਅਦ ਖੋਜ ਹੋ ਜਾਣੀ ਉਹਦੀ, ਜਦੋਂ ਹੋ ਗਈ ਪਤਾ ਲੱਗ ਜਾਊਗਾ ਹਨਾ। ਫਿਰ ਉਹ ਚਮਤਕਾਰ ਕਾਹਦਾ ਜੀ, ਚਮਤਕਾਰ ਤਾਂ ਉਨਾ ਚਿਰ ਹੀ ਹੈ ਜਿੰਨਾ ਚਿਰ ਸਾਨੂੰ ਨਹੀਂ ਉਸ ਕੁਦਰਤ ਦੇ ਨਿਯਮ ਦਾ ਸਮਝ ਆਉਂਦੀ ਪਈ। ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ ਵੀਰ ਜੀ। ਸਮਾਂ ਹੋ ਗਿਆ ਸਾਡਾ, ਅਸੀਂ ਫਿਰ ਕਿਸੇ ਦਿਨ ਕਰ ਲਾਂਗੇ। ਠੀਕ ਆ ਵੀਰ ਜੀ, ਥੈਂਕ ਯੂ ਤੁਹਾਡਾ। ਅਸੀਂ ਜਾਈਏ ਜੀ, ਪਰ ਉਹ ਤੋਂ ਪਹਿਲਾਂ 107 ਦੇ ਉੱਤੇ 2 ਵਾਰੀ ਕਾਲ ਆਈ ਆ। ਸਵਾਗਤ ਹੈ ਜੀ ਤੁਹਾਡਾ। ਹਾਂਜੀ, ਮੈਂ ਬਲਦੇਵ ਰਾਜ ਬੋਲਦਾ ਜੀ, ਮੈਂ ਦਿੱਲੀ ਤੋਂ। ਹਾਂਜੀ ਹੈਲੋ, ਮੈਂ ਜੀ ਬਲਦੇਵ ਰਾਜ ਬੋਲਦਾ ਹਾਂ ਦਿੱਲੀ ਤੋਂ। ਰੇਡੀਓ ਵਿਰਸਾ ਦੇ ਉੱਤੇ ਔਨ ਏਅਰ ਪ੍ਰੋਗਰਾਮ ਚੱਲ ਰਿਹਾ ਤੇ ਹਾਂਜੀ ਹਾਂਜੀ ਸਰੋਤੇ ਸੁਣ ਰਹੇ ਹੋ? ਨਿਕ ਸਿੰਘ ਨਿੱਕੀ ਜੀ ਬੋਲ ਰਹੇ ਹੋ? ਮੇਰੇ ਸਰ ਨਿੱਕੀ ਜੀ ਬੋਲ ਰਹੇ ਹੋ ਨਾ? ਸਰੋਤੇ ਸੁਣ ਰਹੇ? ਹਾਂਜੀ ਹਾਂਜੀ, ਨਿੱਕੀ ਜੀ ਬੋਲ ਰਹੇ ਹੋ ਨਾ? ਹਾਂਜੀ ਹਾਂਜੀ, ਮੈਂ ਜੀ ਬਲਦੇਵ ਰਾਜ ਬੋਲਦਾ ਦਿੱਲੀ ਤੋਂ। ਹਾਂਜੀ, ਤੇ ਮੈਂ ਤੁਹਾਡੇ ਨਾਲ, ਵੈਸੇ ਮੇਰੀ ਫੋਨ ਕਾਲ ਤਾਂ ਮੇਰੀ ਪਹਿਲੀ ਹੈ, ਤੇ ਵੈਸੇ ਮੈਂ 3-4 ਮਹੀਨੇ ਤੁਹਾਡਾ ਪ੍ਰੋਗਰਾਮ ਵੈਸੇ ਸੁਣ ਰਿਹਾ ਹੈਗਾ। ਤੁਸੀਂ ਬਹੁਤ ਗਲਤ ਟਾਈਮ ਤੇ ਫੋਨ ਕੀਤਾ ਜੀ, ਤੁਸੀਂ 5:03 ਹੋ ਗਏ। ਕੁਝ ਆਈਡੀਆ ਮੈਨੂੰ ਆਈਡੀਆ ਤਾਂ ਮੈਨੂੰ ਕੁਝ ਹੈ, ਪਰ ਲੇਕਿਨ ਮੈਂ ਲੇਟ ਹੋ ਗਿਆ, ਉਸ ਤੋਂ ਤੁਹਾਡੀ ਮਾਫੀ ਮੰਗਦਾ ਮੈਂ। ਤੇ 5:03 ਹੋ ਗਿਆ ਤੇ 5 ਪ੍ਰੋਗਰਾਮ ਸਾਡਾ ਖਤਮ ਹੋ ਜਾਂਦਾ ਹੁੰਦਾ। ਦੇਖ ਲੋ ਜੇ ਕਹੋ ਤਾਂ 2-4 ਮੇਰੇ 5 ਦੀ ਗੱਲ ਹੈ, ਕੋਈ ਲੰਬੀ ਚੌੜੀ ਗੱਲ ਤਾਂ ਨਹੀਂ ਹੈਗੀ। ਜੇ ਕਰਦੇ ਤਾਂ ਠੀਕ ਹੈ, ਨਹੀਂ ਤਾਂ ਕੋਈ ਐਸੀ ਗੱਲ ਨਹੀਂ, ਫਿਰ ਲੈ ਆਪਾਂ ਕਰ ਲਾਂਗੇ। 5 ਜ਼ਿਆਦਾ ਆ, ਆਪਾਂ ਇੱਦਾਂ 3 ਲਾ ਲਓ, ਸੋਤੇ ਵੀ ਤੰਗ ਨਾ ਹੋਣ। ਯੂਟਿਊਬ ਤੇ ਸੁਣ ਰਿਹਾ, ਫੋਨ ਕਾਲ ਮੇਰੀ ਪਹਿਲੀ ਹੈਗੀ ਹੈ। ਵੈਸੇ 2-3 ਮਿੰਟ ਚ ਤੁਹਾਡੀ ਗੱਲ ਖਤਮ ਕਰਨ ਲੱਗਾ, ਐਡੀ ਵੀ ਕੋਈ ਗੱਲ ਨੀ ਹੈਗੀ। ਤੇ ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਮੈਂ ਤੁਹਾਡੇ ਪ੍ਰੋਗਰਾਮ ਦੇਖਦਾ, ਤੁਹਾਨੂੰ ਮੈਂ ਮੈਸੇਜ 2-4 ਵਾਰੀ ਵੈਸੇ ਮੈਂ ਦਿੱਤੇ ਹੈਗੇ ਆ, ਲੇਕਿਨ ਕੋਈ ਜਵਾਬ ਜਾਂ ਤਾਂ ਨਹੀਂ, ਕੋਈ ਢੰਗ ਦਾ ਤੁਹਾਡਾ ਕੋਈ ਆਇਆ ਤਾਂ ਹੈ ਨੀਗਾ। ਕੁੱਲ ਮਿਲਾ ਕੇ ਪੁਜੀਸ਼ਨ ਹੈ, ਜੇ ਇੱਕ ਮੈਂ ਤੁਹਾਡੇ ਨਾਲ ਕੁਐਸਚਨ ਇਹ ਕਰ ਰਿਹਾ ਸੀਗਾ ਕਿ ਜੇ ਅੰਮ੍ਰਿਤ ਇੱਕ ਤਰ੍ਹਾਂ ਦਾ ਕੋਈ ਸਟੀਰਾਇਡ ਤਾਂ ਹੈ ਨੀਗਾ। ਹੈਲੋ, ਜੇ ਕੋਈ ਅੰਮ੍ਰਿਤ ਕੋਈ ਸਟੀਰਾਇਡ ਤਾਂ ਹੈ ਨੀਗਾ, ਅਸੀਂ ਰਾਤੋਂ ਪੀਤਾ ਤੇ ਸੁਪਰਮੈਨ ਬਣ ਗਏ ਔਰ 1,25,000 ਮੁਸਲਮਾਨਾਂ ਦੇ ਸਾਹਮਣੇ ਖੜੇ ਹੋ ਗਏ, ਐਸਾ ਕੁਛ ਤਾਂ ਨਹੀਂ। ਮੈਂ ਵੀ ਖਾਲਸਾ, ਮੈਂ ਵਾਲ ਕੱਟੇ ਹੋਏ ਵੈਸੇ, ਤੁਸੀਂ ਕਿਹੜੇ ਗੱਲ ਨਹੀਂ ਹੈਗੀ। ਧਰਮ ਕਿਹੜੇ ਚ ਵਿਸ਼ਵਾਸ ਰੱਖਦੇ ਹੋ ਤੁਸੀਂ? ਮੈਂ ਹੈ ਹਿੰਦੂ, ਲੇਕਿਨ ਮੈਂ ਸਾਰੀ ਉਮਰ ਸਿੱਖਾਂ ਚ ਰਿਹਾ, ਸਰਦਾਰਾਂ ਚ ਰਿਹਾ, ਜਿਹਨੂੰ ਕਹਿ ਸਕਦੇ ਨਾ ਜਿਵੇਂ ਸਹਿਜਧਾਰੀ ਖਾਲਸਾ, ਮੈਂ ਉਹੀ ਹੈਗਾ। ਨਹੀਂ ਪਰ ਹੁਣ ਇੱਦਾਂ ਨਾ, ਹਿੰਦੂ ਧਰਮ ਦੇ ਵਿੱਚ ਤਾਂ ਉਹ ਕਹਿੰਦੇ ਆ ਸ਼ਿਵ ਜੀ ਨੇ ਅੰਮ੍ਰਿਤ ਪਿਲਾਇਆ ਸੀ ਤਾਂ ਅਮਰ ਹੋ ਗਏ ਸੀ ਉਹ। ਦੇਖੋ, ਉਹ ਸਭ ਝੂਠੀਆਂ ਗੱਲਾਂ ਹੁੰਦੀਆਂ, ਕਹਿਣ ਦਾ ਮਤਲਬ ਹੁੰਦਾ, ਉਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ। ਮੈਂ ਤਾਂ ਪੋਰਕ ਵੀ ਖਾ ਲੈਂਦਾ, ਮਟਨ ਵੀ ਖਾ ਲੈਂਦਾ, ਮੈਂ ਕੋਈ ਹਿੰਦੂ ਕੱਟਰ ਹਿੰਦੂ ਨਹੀਂ ਹੈਗਾ, ਮੈਂ ਦੂਸਰਾ ਬੀਫ ਵੀ ਖਾ ਲੈਂਦਾ ਜੇ ਕਿਤੇ ਬਾਹਰ ਅੰਦਰ ਜਾਂਦੇ ਹਾਂ। ਕੋਈ ਐਸੀ ਕੋਈ ਗੱਲ ਉਹ ਨਹੀਂ ਹੈਗੀ ਕਿ ਮਤਲਬ ਮੈਂ ਕੋਈ ਕੱਟਰ ਹਿੰਦੂ ਹੈਗਾ, ਲੇਕਿਨ ਇਸ ਦੇ ਬਾਵਜੂਦ ਹੀ ਮੈਂ ਤੁਹਾਡੇ ਕੋਲ ਇੱਕ ਕੁਐਸਚਨ ਇੰਨਾ ਕੁ ਵੀ ਪੁੱਛ ਰਿਹਾ ਸੀਗਾ ਕਿ ਕੋਈ ਅੰਮ੍ਰਿਤ ਕੋਈ ਸਟੀਰਾਇਡ ਤਾਂ ਨਹੀਂ ਹੈ ਨਾ ਜੀ? ਪੀ ਲਿਆ ਰਾਤੋਂ ਰਾਤ ਸੁਪਰਮੈਨ ਬਣ ਗਏ? ਨਹੀਂ ਸਰ ਮੇਰੇ ਸਰ ਮੇਰੇ ਛੋਟੇ ਭਰਾ, ਸਮਝਣ ਦੀ ਕੋਸ਼ਿਸ਼ ਕਰੋ। ਇੱਕ ਮੰਨ ਲਓ ਸਾਨੂੰ ਪਾਠੀ ਜਾਂ ਸਾਨੂੰ ਇੱਕ
ਕੀ ਨਾਮ ਕਹਿੰਦੇ ਕੋਈ ਵੀ ਸਾਨੂੰ ਇੱਕ ਕਹਿ ਰਿਹਾ ਕਿ ਮੰਨ ਲਓ 10 ਲੱਖ ਉਸ ਵੇਲੇ ਕੀ ਨਾਮ ਮੁਸਲਮਾਨਾਂ ਦੀ ਫੌਜ ਖੜੀ ਸੀ ਔਰ 40 ਖਾਲੀ ਹੈਗੇ ਸੀਗੇ ਗੁਰੂ ਗੋਬਿੰਦ ਸਿੰਘ ਹੋਰੇ ਤੇ 40 ਸੀਗੇ ਤੇ ਉਹਨਾਂ ਦੇ ਅੱਗੇ ਜੇ 10 ਲੱਖ ਫੌਜ ਹੈਗੀ ਸੀਗੀ ਫਰਜ਼ ਕੀਤਾ ਤੇ ਉਹਨਾਂ ਦੇ ਅੱਗੇ ਖੜੇ ਹੋਣ ਤੇ ਉਹਨਾਂ ਦੀ ਕਿਸੇ ਇਹਨਾਂ ਦੀ ਤਾਕਤ ਤੇ ਸੀਗੀ ਹੁਣ ਪਰਸੋਂ ਮੰਨ ਲਓ ਆ ਵੀਰਵਾਰ ਵਾਲੇ ਦਿਨ ਇੱਥੋਂ ਹੋਇਆ ਹੈਗਾ ਪੁਲਵਾਮਾ ਚ ਹੁਣ ਹਮਲਾ ਹੋਇਆ ਹੈਗਾ ਤੇ 80 ਟਰੱਕ ਹੈਗੇ ਸੀਗੇ CRP ਦੇ ਭਰੇ ਹੋਏ ਤੇ 2500 ਜਵਾਨ ਸਾਰੇ ਹਥਿਆਰ ਬੰਦ ਉਹਨਾਂ ਦੇ ਅੱਗੇ ਕਿੰਨੇ ਬੰਦੇ ਖੜੇ ਹੋਏ ਜੀ 4-5 ਬੰਦੇ ਉਹਨਾਂ ਦੇ ਧਰਮ ਦਾ ਇੱਕ ਨਸ਼ਾ ਸੀਗਾ ਇਸੇ ਤਰੀਕੇ ਨਾਲ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਇੱਕ ਨਸ਼ਾ ਪਾਇਆ ਇੱਕ ਸਟੀਰੋਇਡ ਸਾਨੂੰ ਸਟੀਰੋਇਡ ਨਹੀਂ ਅਸੀਂ ਕੋਈ ਪੀ ਲਿਆ ਕੇ ਅਸੀਂ ਰਤੁਰ ਇਹ ਸਾਡੇ ਇੱਕ ਜਜ਼ਬਾ ਤੇ ਪੈਦਾ ਹੋਇਆ ਮੇਰੇ ਸਰ ਮੇਰੇ ਛੋਟੇ ਭਰਾ ਸਮਝਣ ਦੀ ਕੋਸ਼ਿਸ਼ ਮੈਂ ਪੜ੍ਹਿਆ ਲਿਖਿਆ ਚੰਗਾ ਕਰੋੜਪਤੀ ਮੇਰਾ 400-500 ਕਰੋੜ ਰੁਪਏ ਦਾ ਮੇਰਾ ਵਪਾਰ ਹੈ ਮੈਂ ਕੋਈ ਕੱਟਰ ਹਿੰਦੂ ਨਹੀਂ ਹੈਗਾ ਮੈਂ ਮੇਰਾ ਕਹਿਣ ਦਾ ਮਤਲਬ ਇਹ ਸੀਗਾ ਨਹੀਂ ਨਹੀਂ ਮੈਂ ਤੁਹਾਡੀ ਗੱਲ ਸਮਝ ਗਿਆ ਆ ਇਦਾਂ ਹੀ ਮੈਂ ਪਹਿਲਾਂ ਕਹਿਤਾ ਵੀ ਇਹ ਬਕਵਾਸ ਆ ਇਹ ਕਰ ਦਿੱਤਾ ਸਾਡੇ ਤੇ ਮੜ ਦਿੱਤਾ ਗਿਆ ਇਦਾਂ ਦਾ ਹੈ ਨਹੀਂ ਕੁਛ ਵੀ ਨਹੀਂ ਮੈਨੂੰ ਵੀ ਪਤਾ ਹੈ ਤਾਂ ਨਹੀਂ ਲੇਕਿਨ ਜਜ਼ਬਾ ਹੁਣ ਤੁਸੀਂ ਇੱਧਰ ਮੇਰਠ ਸਾਈਡ ਦੇ ਉੱਤੇ ਮੁਜ਼ੱਫਰਨਗਰ ਸਾਈਡ ਜਿੱਥੇ ਹਿੰਦੂਆਂ ਔਰ ਮੁਸਲਮਾਨਾਂ ਦੇ ਦੰਗੇ ਹੁੰਦੇ ਹੈਗੇ ਫਰਜ਼ ਕੀਤਾ ਉੱਥੇ ਮਹੱਲੇ ਅਲੱਗ ਅਲੱਗ ਮਹੱਲੇ ਬਣੇ ਹੋਏ ਆ ਉਹਨਾਂ ਮਹੱਲਿਆਂ ਦੇ ਵਿੱਚ ਕੁਛ ਹਿੰਦੂ ਨਾ ਉੱਧਰ ਜਾਂਦਾ ਨਾ ਉੱਧਰ ਲੇਕਿਨ ਜਦੋਂ ਲੜਦੇ ਐਵੇਂ ਲੱਗਦਾ ਜਿਵੇਂ ਦੋ ਮੁਸਲਮਾਨ ਦੋ ਮੁਲਕ ਆਪਸੇ ਲੜ ਰਹੇ ਹੋਣ ਇਹ ਬੋਤਲਾਂ ਚੱਲਦੀਆਂ ਉਧਰੋਂ ਸ਼ੀਸ਼ੇ ਦੀਆਂ ਬੋਤਲਾਂ ਸਿੱਟਦੇ ਆ ਪੱਥਰ ਪੱਥਰਬਾਜ਼ੀ ਹੁੰਦੀ ਕਈ ਕੁਛ ਹੁੰਦਾ ਉਹਨਾਂ ਇੰਨੀ ਜਿਸ ਵੇਲੇ ਮੁਸਲਮਾਨਾਂ ਦਾ ਰਾਜ ਸੀ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਅੱਗੇ ਉਹਨਾਂ ਦੇ ਅੱਗੇ ਖੜੇ ਕੀਤਾ ਸਾਨੂੰ ਇੱਕ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ ਤੇ ਸਾਨੂੰ ਇੱਕ ਮਤਲਬ ਧਰਮ ਦੀ ਇੱਕ ਸਾਨੂੰ ਕੀ ਨਾਮ ਕੇ ਇਹ ਸਮਝ ਕੇ ਚੱਲੋ ਸਾਨੂੰ ਇੱਕ ਅੰਮ੍ਰਿਤ ਦੀ ਦਾਤ ਬਖਸ਼ੀ ਹੈਗੀ ਕੋਈ ਬੁਰੀ ਗੱਲ ਤਾਂ ਨਹੀਂ ਸੀ ਮੰਨ ਲਓ ਜੇ ਉਸ ਵੇਲੇ ਕਹਿੰਦੇ ਫੜ ਕੇ ਤੁਸੀਂ ਤੁਹਾਡਾ ਮੈਂ ਉਸ ਦਿਨ ਸੁਣ ਰਿਹਾ ਸੀ ਤੁਸੀਂ ਕਿਹਾ ਜੀ ਜਿਸ ਦਿਨ ਉਹ ਕਰ ਰਹੇ ਸੀਗੇ ਖਾਲਸਾ ਧਰਮ ਚ ਐਂਟਰੀ ਕਰ ਰਹੇ ਸੀ ਖਾਲਸਾ ਧਰਮ ਦਾ ਉਪਜ ਹੋ ਰਹੀ ਸੀ ਤੇ ਉਸ ਵੇਲੇ ਕਹਿੰਦੇ ਕਹਿੰਦੀ 80 ਲੱਖ ਬੰਦੇ ਖੜੇ ਸੀਗੇ ਉਹ 80 ਲੱਖ ਬੰਦੇ ਨਾ ਹੋਣਗੇ 8000 ਹੋਣਗੇ 80000 ਹੋਣਗੇ ਤਾਂ ਜੇ ਗੱਲ ਵਧਾ ਚੜਾ ਕੇ ਫਰਜ਼ ਕੀ ਤੋਂ ਕਹਿ ਰਹੇ ਝੂਠ ਬੋਲ ਰਹੇ ਮੈਂ ਕਹਿੰਦਾ ਸਰ ਸਾਨੂੰ ਪਤਾ ਹੈਗਾ ਹਰ ਇੱਕ ਆਦਮੀ ਕਹਿ ਫਿਰ 10 ਲੱਖ ਬੰਦੇ ਜੀ ਬਾਹਰ ਉਸ ਵੇਲੇ ਖੜੇ ਸੀਗੇ ਤੇ 40 ਖਾਲੀ ਆਪਣੇ ਗੁਰੂ ਗੋਬਿੰਦ ਸਿੰਘ ਹੋਰ 40 ਸੀ ਅੰਦਰ ਘਿਰ ਲਏ ਸਭ ਨੂੰ ਪਤਾ 10 ਲੱਖ ਫੌਜ ਤਾਂ ਉਹਦੇ ਲਈ ਹੈ ਹੀ ਨੀ ਪਿਸ਼ਾਵਰ ਤੋਂ ਲੈ ਕੇ ਮਹਾਰਾਸ਼ਟਰ ਤੱਕ ਜਿਹੜਾ ਔਰੰਗਜ਼ੇਬ ਦਾ ਰਾਜ ਹੈਗਾ ਸੀਗਾ 10 ਲੱਖ ਫੌਜ ਤਾਂ ਉਹਦੇ ਕੋਲ ਕੁੱਲ ਵੀ ਨਹੀਂ ਸੀ ਹੈਗੀ ਕਿ 40 ਬੰਦਿਆਂ ਨੂੰ ਘਿਰਨ ਵਾਸਤੇ ਆ ਜਾਂਦੇ ਹੋ ਸਭ ਨੂੰ ਪਤਾ ਲੇਕਿਨ ਗੱਲ ਜੇ ਵਧਾ ਜੇ ਸਾਡੇ ਅੰਦਰ ਜਜ਼ਬਾ ਭਰ ਰਿਹਾ ਤਾਂ ਬੁਰਾਈ ਕੀ ਹੈ ਤੁਸੀਂ ਹਿੰਦੂ ਧਰਮਾਂ ਦੇ ਗ੍ਰੰਥ ਪੜ੍ਹੇ ਉੱਥੇ ਤਾਂ ਬਹੁਤ ਵੱਡੀਆਂ ਵੱਡੀਆਂ ਗੱਪਾਂ ਮਾਰੀਆਂ ਗਈਆਂ ਉਹ ਸਭ ਝੂਠ ਹੈ ਉਹਨਾਂ ਹਰੇਕ ਪੜ੍ਹੇ ਲਿਖੇ ਬੰਦੇ ਨੂੰ ਪਤਾ ਸਭ ਝੂਠ ਹੈ ਕੋਈ ਮਤਲਬ ਮੈਂ ਮੰਦਰ ਕਦੇ ਨੀ ਗੁਰਦੁਆਰੇ ਜਾਂਦਾ ਮੈਂ ਨਹੀਂ ਨਹੀਂ ਪਰ ਮਤਲਬ ਸਿਰਫ ਇੰਨਾ ਹੀ ਪੰਗਾ ਇਹ ਪੈ ਜਾਂਦਾ ਵੀ ਜਦੋਂ ਤੁਸੀਂ ਕਿਸੇ ਨੂੰ ਝੂਠੀ ਗੱਲ ਕਹਿ ਕੇ ਉਹਦਾ ਹੌਸਲਾ ਅਫਜ਼ਾਈ ਕਰਨੀ ਆ ਨਾ ਉਹ ਟਿਕਣੀ ਨੀ ਫਿਰ ਕਿਤੇ ਮੈਂ ਸਮਝਦਾ ਸਾਰੀ ਗੱਲ ਆ ਲੇਕਿਨ ਜੇ ਡੀਮੋਰਲਾਈਜ਼ ਕਰਕੇ ਇੱਕ ਧਰਮ ਨੂੰ ਅਸੀਂ ਅੱਜ ਮੁਸਲਮਾਨਾਂ ਦੇ ਵਿਰੁੱਧ ਅਸੀਂ ਖੜੇ ਹੋਏ ਆ ਨਹੀਂ ਨਹੀਂ ਸਭ ਨੂੰ ਪਤਾ ਉਹ ਤੁਹਾਡੀ ਮੁਸਲਮਾਨਾਂ ਵਿਰੁੱਧ ਖੜਨਾ ਤੁਹਾਡੀ ਪ੍ਰੋਬਲਮ ਹੋ ਸਕਦੀ ਸਾਡੀ ਥੋੜੋ ਆ ਸਾਡੀ ਤਾਂ ਸਮੱਸਿਆ ਇਹ ਆ ਵੀਰਾ ਵੀ ਜਿਹੜਾ ਸਿੱਖ ਧਰਮ ਦਾ ਇਤਿਹਾਸ ਆ ਉਹ ਹਿੰਦੂ ਨੇ ਆਪਣੇ ਨਜ਼ਰੀਏ ਤੋਂ ਲਿਖ ਕੇ ਸਾਡੇ ਸਿਰ ਮੜ ਦਿੱਤਾ ਮੇਰੇ ਛੋਟੇ ਭਰਾ ਜੀ ਸਮਝਣ ਦੀ ਕੋਸ਼ਿਸ਼ ਮੈਂ ਵੀ ਪੜ੍ਹਿਆ ਲਿਖਿਆ ਮੈਂ ਵੀ ਸਿੱਖ ਧਰਮ ਦਾ ਪੂਰਾ ਅਧਿਐਨ ਕੀਤਾ ਪੂਰੀ ਸਟੱਡੀ ਕੀਤੀ ਹੈਗੀ ਹੈ ਕੋਈ ਮਤਲਬ ਇਹ ਹਾਂਜੀ ਬਾਕੀ ਮੈਂ ਤੁਹਾਨੂੰ ਕੋਈ ਮੇਰਾ ਮੇਰਾ ਕਹਿਣ ਦਾ ਮਤਲਬ ਸਿਰਫ ਇੰਨਾ ਹੀ ਸੀਗਾ ਕਿ ਤੁਸੀਂ ਟਕਸਾਲ ਨੂੰ ਗਾਲਾਂ ਕੱਢੋ ਤੁਸੀਂ ਗਾਲਾਂ ਕੱਢੋ ਤੁਸੀਂ ਮਤਲਬ ਮੈਂ ਤੁਹਾਡਾ ਸਮਝ ਗਿਆ ਪਰ ਮੈਂ ਤੁਹਾਨੂੰ ਦੱਸ ਦਿੱਤਾ ਸਾਡੀ ਸਮੱਸਿਆ ਇਹ ਆ ਹਿੰਦੂ ਨੇ ਬ੍ਰਾਹਮਣ ਨੇ ਬਹੁਤ ਹੁਸ਼ਿਆਰੀ ਦੇ ਨਾਲ
ਸਿੱਖਾਂ ਵਾਲੇ ਕੱਪੜੇ ਪਾ ਕੇ ਸਾਡੇ ਅੰਦਰ ਵੜ ਕੇ ਸਾਡੇ ਇਤਿਹਾਸ ਨੂੰ ਆਪਣੇ ਨਜ਼ਰੀਏ ਨਾਲ ਲਿਖ ਦਿੱਤਾ। ਹੁਣ ਜੇ ਇੱਕ ਹਿੰਦੂ ਹੀ ਆ ਕੇ ਸਾਨੂੰ ਕਹੇ ਵੀ ਇਹਦੇ ਚ ਹਰਜਾ ਕੀ ਆ, ਅਸੀਂ ਕਿੱਦਾਂ ਮੰਨ ਲਈਏ? ਤੁਸੀਂ ਅੱਗੇ ਤੋਂ ਲੈ ਕੇ ਮਿਹਰਬਾਨੀ ਕਰਕੇ ਸਿੱਖਾਂ ਨੂੰ ਇਹ ਸਲਾਹ ਨਾ ਦੇਣ ਆਇਓ, ਜਿਹੜਾ ਤੁਹਾਡਾ ਨਜ਼ਰੀਆ ਆ ਉਹ ਆਪਣੇ ਤੱਕ ਸੀਮਿਤ ਰੱਖੋ, ਤੁਹਾਨੂੰ ਮੁਬਾਰਕ ਹੋਵੇ। ਅਸੀਂ ਤੁਹਾਡੇ ਕਹਿਣ ਦੇ ਉੱਤੇ, ਤੁਸੀਂ ਇਤਿਹਾਸ ਨੂੰ ਜੇ ਪੜਿਆ, ਸਿੱਖ ਧਰਮ ਨੂੰ ਪੜਿਆ, ਤੁਸੀਂ ਉਹ ਪੜਿਆ ਜਿਹੜਾ ਹਿੰਦੂ ਮੈਜੋਰਿਟੀ ਵੱਲੋਂ ਲਿਖ ਕੇ ਲਾਗੂ ਕੀਤਾ ਗਿਆ ਆ, ਤੁਹਾਨੂੰ ਨਹੀਂ ਉਸ ਚੀਜ਼ ਦਾ ਫਰਕ ਪਤਾ ਲੱਗਣਾ? ਮੰਨ ਲਓ ਤੁਹਾਡੀ ਉਮਰ 620 ਸਾਲ ਹੋ ਜਾਏ, ਤੇ 620 ਸਾਲ ਤੁਸੀਂ ਹਿੰਦੂ ਵੱਲੋਂ ਬ੍ਰਾਹਮਣ ਵੱਲੋਂ ਸਿੱਖ ਧਰਮ ਦੇ ਲਿਖੇ ਹੋਏ ਇਤਿਹਾਸ ਨੂੰ ਪੜ੍ਹਦੇ ਰਹੋ, ਫਿਰ ਵੀ ਸਮਝ ਨਹੀਂ ਵੱਧ ਜਾਣੀ? ਤੁਸੀਂ 500 ਕਰੋੜ ਦਾ ਬਿਜ਼ਨਸ ਕਰ ਸਕਦੇ ਆ, 5000 ਕਰੋੜ ਦਾ ਵੀ ਕਰ ਸਕਦੇ ਆ, ਪਰ ਤੁਹਾਡੇ ਦਿਮਾਗ ਦੇ ਵਿੱਚ ਨਾਨਕ ਦਾ ਨਜ਼ਰੀਆ ਆ ਜਾਏ ਇਹ ਗਰੰਟੀ ਨਹੀਂ ਹੈਗੀ। ਇਸ ਕਰਕੇ ਆਪਾਂ ਹੁਣ 2-3 ਮਿੰਟ ਕਹੇ ਸੀ, ਮਿੰਟ ਆਪਣੇ ਬਹੁਤ ਹੋ ਗਏ ਆ, ਆਪਾਂ ਨਾ ਕਰੀਏ ਸਮਾਂ ਖਰਾਬ। ਬੜੀ ਮਿਹਰਬਾਨੀ, ਮੈਂ ਥੈਂਕ ਯੂ, ਅਗਲੇ ਐਤਵਾਰ ਤੁਹਾਡੇ ਨਾਲ ਥੋੜਾ ਟਾਈਮ ਨਾਲ ਗੱਲ ਕਰੂੰਗਾ। ਕੋਈ ਮਿਹਰਬਾਨੀ ਦੀ ਲੋੜ ਨਹੀਂ, ਆਪਾਂ ਬਿਲਕੁਲ ਠੀਕ ਆ, ਆਪਾਂ ਬਰਾਬਰੀ ਦੇ ਨਾਲ ਇਹਦੇ ਵਿੱਚ ਤੁਸੀਂ ਫੋਨ ਕੀਤਾ, ਆਪਾਂ ਗੱਲ ਸੁਣ ਲਈ, ਕੋਈ ਨਹੀਂ, ਅਗਲੇ ਐਤਵਾਰ ਕਰ ਲਿਓ ਆਪਾਂ ਕਰਾਂਗੇ। ਧੰਨਵਾਦ ਤੁਹਾਡਾ। ਠੀਕ ਹੈ ਜੀ, ਆਪਾਂ ਚਲੀਏ ਜੀ ਹੁਣ, ਤੇ ਮਿਲਾਂਗੇ ਤੁਹਾਨੂੰ ਕਿੱਦਣ? ਬੁੱਧਵਾਰ, ਬੁੱਧਵਾਰ, ਠੀਕ ਹੈ ਜੀ, 3 ਦਿਨ ਬਾਅਦ ਸਿੱਖ ਪਾਤਸ਼ਾਹੀ ਪ੍ਰੋਗਰਾਮ ਵਿੱਚ। ਧੰਨਵਾਦ ਜੀ।